ਸੁਣਦੇ ਸਾਂ। ਅੱਜ ਯਕੀਨ ਆ ਗਿਆ ਹੈ ਕਿ ਰੱਬ ਕਦੀ ਕਦੀ ਚਿੜੀਆਂ ਕੋਲੋਂ ਬਾਹਰ ਕਰਵਾ ਦਿੰਦਾ ਹੈ। ਯਾਦ ਰੱਖੀ ਕਰਮੂ, ਇਹ ਗਵਾਹੀ ਟਾਈਮ ਤੇ ਤੇਰੀ ਬੀਵੀ ਬੜੀ ਮਹਿੰਗੀ ਪੈਣੀ। ਆਪਣੇ ਮੁਲਕ ਤੇ ਮਾਸ਼ਰੇ ਨੂੰ ਮੁਜਰਮਾਂ ਤੋਂ ਪਾਕ ਸਾਫ਼ ਰੱਖਣਾ ਹਰ ਸ਼ਹਿਰੀ ਦਾ ਫਰਜ਼ ਹੈ। ਜਾਨ ਬਚਾਉਣਾ ਵੀ ਹਰ ਬੰਦੇ ਤੇ ਲਾਜ਼ਮੀ ਕਰਮੂ। ਓਏ ਪਰ ਮੇਰੇ ਪਾਕ ਨਬੀ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ ਹੈ, ਜਾਬਰ ਦੇ ਸਾਹਮਣੇ ਕਲਮਾ ਹੱਕ ਕਹਿਣਾ ਸਭ ਤੋਂ ਵੱਡਾ ਜਿਹਾਦ ਹੈ। ਮੈਂ ਤੇਰੇ ਖਿਲਾਫ ਸੱਚ ਬੋਲ ਕੇ ਹਜ਼ੂਰ ਪਾਕ ਦੀ ਹਦੀਸ ਜ਼ਿੰਦਾ ਕੀਤੀ ਹੈ। ਮੁਜਰਮਾ, ਜੇ ਇਸ ਨੇਕੀ ਦੇ ਬਦਲੇ ਮੇਰੀ ਜਾਨ ਵੀ ਜਾਂਦੀ ਹੈ ਤੇ ਜਾਏ ਫਰਮਾਨ ਨਹੀਂ। ਘਰ ਵਾਲੇ ਦੇ ਮੋਢੇ ਨਾਲ ਲੱਗ ਕੇ ਤੂੰ ਹੀ ਬੜਾ ਬੋਲੀਏ ਪਤ ਪਤੇ, ਇਹ ਘਰ ਮੈਂ ਉਜਾੜ ਦੇ ਨਹੀਂ। ਮੈਂ ਹੱਕ ਸੱਚ ਪਿੱਛੇ ਕਰਬਲਾ ਚ ਬੀਬੀ ਜ਼ੈਨਬ ਵੀ ਉਜੜ ਗਈ ਸੀ। ਜਿਹੜਾ ਇਸ ਰਾਹ ਤੇ ਮਰਨ ਨੂੰ ਉਜੜ ਨਾ ਕਹਿੰਦਾ ਤੇ ਫਿਰ ਅੱਜ ਹੀ ਮਾਰ ਦੇਵੇ, ਪਰਵਾਹ ਨਹੀਂ। ਓਏ ਇਸ ਬਲਾ ਨੇ ਜੇਲ ਤੋੜ ਦੇ ਦੀ ਜੇ, ਓਏ ਮੇਰਾ ਇੰਤਜ਼ਾਰ ਕਰਨਾ, ਓਏ ਮੇਰਾ ਇੰਤਜ਼ਾਰ ਕਰਨਾ। ਯਾਰ ਕਰਮੂ, ਐਡੇ ਵੱਡੇ ਮੁਜਰਮ ਨਾਲ ਮੱਥਾ ਲਾਣ ਲੱਗਿਆ ਤੈਨੂੰ ਇਹ ਵੀ ਪਰਵਾਹ ਨਹੀਂ ਰਹੀ ਕਿ ਤੇਰੇ ਦੋ ਮਾਸੂਮ ਬੱਚੇ ਕੱਲ ਰਹਿ ਜਾਣਗੇ? ਮੈਨੂੰ ਆਪਣਾ ਮੁਲਕ ਆਪਣੇ ਬੱਚਿਆਂ ਕੋਲੋਂ ਜ਼ਿਆਦਾ ਅਜ਼ੀਜ਼ ਹੈ ਭੱਜਿਆ। ਇਹ ਤੇਰੀ ਹਿੰਮਤ ਹੈ ਕਰਮੂ, ਮੈਨੂੰ ਵੇਖ, ਇਹਨਾਂ ਬੱਚਿਆਂ ਦੀ ਮਾਂ ਮਰ ਗਈ ਹੋਈ ਹੈ, ਮੈਂ ਇਹਨਾਂ ਨੂੰ ਮਾਂ ਬਣ ਕੇ ਪਾਲਿਆ, ਇਸ ਲਈ ਸਿਰ ਚੁੱਕ ਕੇ ਗੱਲ ਕਰਦਿਆਂ ਵੀ ਡਰ ਲੱਗਦਾ ਹੈ। ਕਰਮੂ, ਤੈਨੂੰ ਕਿਹਾ ਸੀ ਨਾ ਇਹ ਕਿਆਮਤ ਕਾਨੂੰਨ ਦੀਆਂ ਕੰਧਾਂ ਚ ਬੰਦ ਨਹੀਂ ਹੋਣੀ, ਮੈਂ ਆ ਜਾਣਾ ਹੀ, ਆ ਜਾਣਾ ਹੀ, ਆ ਜਾਣਾ ਹੀ। ਓਏ ਤੇਰੇ ਕੋਲ ਖੌਫ ਤਾਂ ਉਦੋਂ ਨਹੀਂ ਸੀ ਆਇਆ ਜਦੋਂ ਤੂੰ ਮੈਨੂੰ ਆਪਣੇ ਕਾਲੇ ਧੰਦੇ 'ਚ ਸ਼ਾਮਿਲ ਕਰਨ ਦੀ ਕੋਸ਼ਿਸ਼ ਇਹ ਕਹਿ ਕੇ ਕੀਤੀ ਸੀ ਕਿ ਤੂੰ ਮੈਨੂੰ ਨੋਟਾਂ ਨਾਲ ਮਾਲਾ ਮਾਲ ਕਰ ਦੇਗਾ, ਤੇ ਮੈਂ ਸੋਨੇ ਦਾ ਨਿਵਾਲਾ ਖਾਣ ਤੋਂ ਇਨਕਾਰ ਇਸ ਲਈ ਕੀਤਾ ਸੀ ਕਿ ਮੈਂ ਹਲਾਲ ਦੀ ਕਮਾਈ ਖਾਣੀ ਚਾਹੁੰਦਾ। ਓਏ ਹਲਾਲ ਦੀ ਰੋਟੀ ਖਾਣ ਤੋਂ ਪਹਿਲਾਂ ਮੈਂ ਤੈਨੂੰ ਹਲਾਲ ਕਰ ਦਿਆਂਗਾ। ਓਏ ਹੱਕ ਸੱਚ ਪਿੱਛੇ ਮੇਰੀ ਜਾਨ ਵੀ ਜਾਂਦੀ ਹੈ ਤੇ ਜਾਏ, ਪਰਵਾਹ ਨਹੀਂ। ਓਏ ਅੱਜ ਤੈਨੂੰ ਪਰਵਾਹ ਕਰਨੀ ਪੈਗੀ। ਓ ਕਰਮੂ, ਹੱਕ ਸੱਚ ਪਿੱਛੇ ਜਾਨ ਮੇਰੀ ਜਾਂਦੀ ਏ ਤੇ ਜਾਏ, ਫੈਸਲਾ ਕੀਤਾ ਹੁਣ ਤੇ ਅੜ ਜਾਵਾਂਗਾ, ਸੋਚ ਕੇ ਫੈਸਲਾ ਕੀਤਾ ਹੁਣ ਤੇ ਅੜ ਜਾਵਾਂਗਾ, ਜਾਨ ਦੀ ਬਾਜ਼ੀ ਲਾ ਦਿੱਤੀ ਏ ਲੜ ਜਾਵਾਂਗਾ, ਹੱਟ ਕੇ ਪਿਛਾਂ ਨਹੀਂ ਹਟਣਾ ਭਾਵੇਂ ਸਾਰਾ ਜੱਗ ਟਕਰਾਏ।
पिछे जान मेरी जांदी ये ते जाए बड़ा यार दा साथ देन लगा सर यदि टी चुक लो पुत्र चुक लो मैं ये पुत्र नू मुल्क दा सब तो वड्डा स्मगलर बनावांगा कुछ लगता है ये बच्चा अपनी यादाश्त खो बैठे तू मेरा पुत्र है मैं तेरा प्यू हूँ मेरा प्यू हाँ बेटे तेरा प्यू तू एक मुड़ी से लड़ते से तन सड़ लग गई इस वजह से तबीयत खराब हो गई तू बड़ी छेती ठीक हो जाए अच्छा अच्छा मैंने जान साल बाद कानून सन ते बच्चा अपने बाप नूं भुल चुके आवेगा तेरे खामन की मौत ते तेरे पुत्र की जुताई का दुख तो बड़ा वड्डा है पैना पर सोच के सिर चुक के रख कि तेरे खामन ने मुल्क के कानून ली जान दिती है पर मुल्क के कानून ने मैनू की दिता है फाइल शरीफा के पुल मेरी बिगड़ी तकदीर नहीं बना सकते मैं ते बर्बाद हो गई साहब बहादुर बर्बाद हो गई है कानून तेरे बच्चे की तालीम ते तेरे गुजारे लिए तेनू वजीफा देगा बेटे तेनू कदी तेरे प्यो ने मुजरमा के बारे च कुछ दस्या सी मैं सिर्फ इन्ना पता है साहब बहादुर मेरा प्यो इस सरिया नाल मर गया बेटे ये सरिया कानून की अमानत है नहीं साहब बहादुर एदे तलू कानून दा नहीं मेरे प्यो दा प्यो दा लहू मैं बार बार कानून के हवाले नहीं कर सकता माफ करी पुत्रा असी रल के भी तेरे प्यू नू नहीं बचा सके पर जे कोई मजदूर है जुरत करदा भी ते उन्हूं फजे वांगू अपनी ती देनी पै जानी सी ओ गरीब ते मुजरम दे खौफ तू नौकरी ते की शहरी छट के चला गया पुत्र जे तू अपनी बेवा मां नाल शहरी च रहना चाहना है तो मैं तेनू नौकरी भी देंगा ते नाले तनखा भी तनखा नहीं चाहिए सेठ साहब फिर तनखा दे बदले एथा मेरे नाल आ दो सेठ साहब पुत्र ए दो गज दा टोटा तेरे किस काम दा ए टोटा अपने लिए नहीं प्यो दे कातल लई मांग रहे हां सेठ साहब अच्छा पुत्र जे तेरी आहो मर्जी है ते फिर ले ले ਲੈ ਵੇ ਭਈਆ ਸਾਡੀ ਛੁੱਟੀ ਦਾ ਟਾਈਮ ਹੋ ਗਿਆ ਤੁਸੀਂ ਹੁਣ ਚੱਲੇ ਅੱਛਾ ਬਈ ਖੁਦਾ ਹਾਫਿਜ਼ ਯਾਰ 12 ਵਜੇ ਛੁੱਟੀ ਤੂੰ ਨਵਾਂ ਆਇਆ ਨਾ 12 ਵਜੇ ਇੱਥੇ ਇਹਦਾ ਪਿਓ ਕਤਲ ਹੋਇਆ ਸੀ ਇਸ ਲਈ ਇਹ 12 ਵਜੇ ਤੱਕ ਇੱਥੇ ਕੰਮ ਕਰਦਾ ਤੇ ਉਸ ਤੋਂ ਬਾਅਦ ਲੋਕਾਂ ਦੇ ਪਿਓ ਇੱਕ ਵਾਰੀ ਮਰਦੇ ਨੇ ਅੱਬਾ ਤੂੰ ਮੇਰੇ ਲਈ ਰੋਜ਼ ਕਤਲ ਹੋਣਾ ਹੈ तेरे लौच बुझी हुई है मिट्टी नू वेख वेख इंतकाम दी हक नू हवा दी दिया मैनू 12 साल हो गए
ਜਿਵੇਂ ਮੈਨੂੰ ਤੇਰੇ ਮਰਨ ਦਾ ਯਕੀਨ ਹੈ ਉਸੇ ਤਰ੍ਹਾਂ ਇਹ ਵੀ ਯਕੀਨ ਹੈ ਕਿ ਇੱਕ ਨਾ ਇੱਕ ਦਿਨ ਤੇਰੇ ਕਾਤਲ ਨੂੰ ਇਸ ਕਬਰ ਚ ਲਿਆ ਸੁੱਟਾਂਗਾ। ਕਾਕੀ ਸਿਰ ਕੱਜ ਲੈ, ਯੂਸੀ ਆ ਰਿਹਾ। ਯੂਸੀ ਚਾਚਾ, ਯੂਸੀ ਚਾਚਾ, ਯੂਸੀ ਚਾਚਾ, ਯੂਸੀ ਯਾਰ, ਤੁਹਾਨੂੰ ਮੇਰੀ ਖੁਸ਼ਬੂ ਆ ਗਈ ਕਿ ਮੈਂ ਆ ਗਿਆ, ਇੱਕ ਮਿੰਟ ਲੇਟ ਨਹੀਂ ਹੁੰਦੇ। ਤੁਹਾਡੀ ਆਵਾਜ਼ ਸੁਣ ਕੇ ਤੇ ਲੋਕੀ ਘੜੀਆਂ ਮਿਲਾਉਂਦੇ ਨੇ ਚਾਚਾ ਯੂਸੀ। ਚਾਚਾ ਯੂਸੀ, ਤੂੰ ਘੜਿਆ ਲੈ ਕੇ ਤੈਨੂੰ ਵੇਖ ਕੇ ਘੜੀਆਂ ਮਿਲਾਉਂਦੇ ਨੇ। ਹੈ ਉਹ ਕੀ ਕਹਿੰਦੇ, ਬੋਲਦੇ ਨਹੀਂ, ਹੁਣ ਬੋਲੋ ਤਾਂ ਸਹੀ। ਹੁਣ
कपड़े पा के भले च गा दी फिरनी है। बालों ने मेरी जान खाधी है और इन्हों को मेरी जान चुड़ा तो जो कुछ मंगते हैं दे इन्हों। एक दो तीन चार पाँच छः सात अठ नौ सारे बच्चे दे रहे अल्लाह का करम है तो मजे घर छाया सारे एक कोमा चो ने और नहीं पागल खानी है इन्हों दी मावा भी वखो वखरिया ने मैनू तो इन्होंने प्यो भी वखरे वखरे लगते हैं। बकवास ना करते सौदा दे अल्लाह भगाना फाड़ा भाइया एक कुकड़ी दे बच्चे नहीं जेड़े खाजे थले ताड़ने ने ए इंसान दे बच्चे ने ते मनिया दे सौंदे ने। मैनू भी आज ही पता लगा मुल्क च इन्नी महंगाई क्यों हो गई है और जिस बंदे दे 22 बच्चे होंगे उन्हें 22 रुपए सेर गोश्त भी मिलेगा ना। सेर नहीं किलो होता ही अजकल 24 रुपए किलो 22 रुपए किलो 10 पैसे किने नहीं साडे महल्ले च हुण कोई नवां गल तां नहीं आया। ओए पुत्तर तेरे जां पुत्तर जिस महल्ले विच होवे ਓਏ ਉੱਠੀ ਤੇ ਤੱਤੀ ਹਵਾ ਵੀ ਨਹੀਂ ਲੱਗ ਸਕਦਾ। ਇਹ ਸੁਣੀ ਵਿੱਚ ਆਇਆ ਕਿ ਸਾਡੇ ਮਹੱਲੇ ਵਿੱਚ ਸਮਗਲਰ ਦਾ ਗੋਦਾਮ ਹੈ। ਪਰ ਚਾਚਾ ਮੇਰਾ ਤਾਂ ਸਾਰਾ ਖਾਨਦਾਨ ਹੀ ਸਮਗਲਿੰਗ ਖਤਮ ਕਰਦਿਆਂ ਬਰਬਾਦ ਹੋ ਗਿਆ ਤੇ ਆ ਮਸੂਲ ਕਰ ਇਹ ਇਹਨਾਂ ਦਾ ਹੱਕ ਹੈ। ਤੂੰ ਇਹਨਾਂ ਦੇ ਸਾਹਮਣੇ ਨੋਟ ਰੱਖ ਦੇ ਤੇ ਇਹਨਾਂ ਵੱਲ ਕੰਡ ਕਰ ਲੈ। ये सारे अपनी अपनी जरूरत के मुताबिक नोट चुक लेंगे। बॉस शरीफ ते सारे नोट ले गए। ओए कुत्तिया ओए कमीनिया ओए गेंडिया जिस जमीन चों फसल लेनी होंदी है उस जमीन च बीज सुटना ही पैंदा। मैं इन्हां नूं शराफत की कीमत सिर्फ इसलिए दित्ती है कि मैं इन्हां दे महले च समगलिंग दा सब तो वड्डा अड्डा कायम करना चाहता। जाओ गोदाम खाली करवा। ओके बोल मैं दलीलां सुनन दा आदी नहीं पुड़िया। असा कब्जा लिया बगैर नहीं जाना। मैं बाल बच्चा लैके किथे जावा पहलवान जी जे तैनूं इस मकान दी इन्नी लोड़ है ते मैनूं इन्ने किराए दा कोई होर मकान दवा दिओ। ओ असी तेरे बाप दे नौकर नहीं इत्थों जान बचा के टोंडा निकल कर चमचे कलन की बजाय अगले फेरे आप आवे जिंदा रह पुत्रा। तुसी बेफिक्र होके रहो बाबा जी जे हुण इन्होंने कोई शरारत करने की कोशिश की ना तो यूसी नूं आवाज मार लेना। अल्लाह तेरी उम्र दराज करे यूसी नसीबा वाली मावा ही तेरे जे पुत्र जानदियां ने। सवाल जवाब नहीं होते मां ऐ जिसले मेरी सजा पूरी हो जाए ना तुरंत दस दी। बेईमाना तू लड़न तू बाज नहीं आ सकता। वेखे ना मां कुत्ता भौंकदा ना ते हर कोई उन्हें दुर दुर करदा। मैं कोई नवी गल तेरी ना करदा।
ये आखिर तू हर बदमाश का एडा वैरी क्यों? पर तू मां हर बदमाश से एडा तरस क्यों खानी? मैं तो तेरी समझ नहीं आ रही। वे इसलिए कि जुल्फी मेरे को विछड़े होया बेईमाना। मैं सिर्फ बदमाशा का दुश्मन हाँ मां, तो ना बदमाशा च तेरा जुल्फी कोई नहीं। वे रब की जन्नत चो निकले ते फरिश्ता शैतान बन जाता है। अच्छा? मां की जन्नत चो निकल के पुत्र बदमाश नहीं बनेगा तो होर की बनेगा? तो फिर वो मेरे को पैंटी जरूर खाएगा ही मां। मैं दस छा ऐ सोच के मैं हर बदमाश की हिमायत करने लग पी। हो सकता है बदमाश के रूप च मेरा विछड़िया पुत्र हो। खैर छा गलू मां, तू दो चंडा मार वेखना मैं और भी कोई काम करना हूं। वे जा जा काम कर। चंगा फिर मां तू रोटी तैयार कर ते मैं मन ट्रंक दो खंजर कचा कच मिल के धोने आया। यूसी स्वाद आ गया मां, अच पेट पहला मार दें धनी वैसी नहीं सी होनी। मैं बही माना तेन मारन ते मार खाने की आदत कितों पै गई है मां? तेरी चपेट तो मैं सिर्फ लाले के हिस्से की खाना। तेरे को विछड़ के बेसहारा लाला पता नहीं किन्ना किन्ना दिया चिटका खाता होगा। तेरिया चिटका खा के ते मैं विछड़े लाले का दुखौला करना वा, दुखौला करना वा। तू ते आप बड़ी कुत्ती शे, पर तेरे तो वड्डा सूर ते मैं लंदन विच भी नहीं तक्या। ए पंजाब च तेनू केड़ी बला पै गई है जे तू टिंड ते रंग रोगन करा के आ गए। मैंने एक मौका होर मिलना चाहिए बॉस। खोटा सिक्का जिन्नी वारी बाजार जाए वापस आ जाता है। बोल तेरे ते हमला करने वाले किन्ने सन? इक्को सी बॉस। एक? हाँ बॉस। हाँ भी नहीं क्यामत भी नहीं, फिर एक आदमी तुहाडे ते पारी किवें होगी? बोल टिंड खा। उहदा नाम यूसी है बॉस। एक कुड़ी स्कूल च पढ़दी है? नहीं बॉस, एक कुड़ी नहीं मुछाला मर्द है। अपने महल का सब तो वड्डा कन टुटा है। कन टुटा? सामने कन टुटा ही बन के जाना मिलेगा तुझे? वो इसलिए सरी वाली फैक्ट्री जाएगा बॉस। यूसी किस लाड़े का नाम है? वो चला गया। तेरा मुलाजम है? नहीं, अपनी मर्जी नाल 12 बजे तक काम करता है, उस तो बाद उस थां ते अगरबत्तियां बाल के टुर जांदा है। इस थां ते ओदे वड्डे ने चिल्ला कढ़िया सी या इस टोए विच्चों तेल निकलेगा? इस थां ते आज तो 12 साल पहले ओदा प्यो कतल होया सी। ए थां उहने आज तिकर अपने प्यो दे कातल लई सांभ के रखी है। फिर ते यूसी वाकई ज्यारत दे काबल ले। हंडी ऐवें नहीं उबलदी, एदे थले किसे ने अग्गी बड़ी तेज बाली है। रहंदा किथे वे? बाहर निकल के जिदे कोलो पुछोगे ओही तुहानू उहदे घर छड्ड आएगा। Thank you.
यूसी तेरा ही पुत्र है। आहो, मेरा पुत्र है, क्यों? ए, की कर रहे हैं पुत्र? मेरा बस चले ते तेनू शीशे दी अलमारी च बंद करके रख दिया। पूरा पंजाब तेनू वेखे, मैं तेरी मूर्ति बना के पंजाब दे पिंड पिंड विच रख दिया ते वेखा तेरी मूर्ति नू चुम चुम के लोकी कीवे तेनू सलामा कर दे ने। तेनू हज करावा मैं तेरे नां दी हर रोज एक देग दाता दरबार दिया। दस मैं की करा लाड़िए, मैं की करा? ते मेरे चाह पूरे करन दा ते इंज शौक ही जिवें तू मेरा जुल्फी होवे। जुल्फी ते कुल्फी मैं नहीं जानदा, मैं ते सिर्फ ए जानना वा ते सिर्फ उस मां नू सलाम कर रहा जिदे पुत्र ने मेरे बंदियां दे मुंह ते निशान लाए ने। बस पुत्र किथे? ओ पिंड टुर गया। पिंड चला गया? पिंड की कुकड़ लैन गया? तेरे कोल डर के नस गया ए वेख मेरे ते तरस खा। लाड़िए मैं बंदे खाना वा, आदम खोरा, पुलिस गवाह मैं कदी दकार नहीं मारी। तेनू अपनी मां दा वास्ता? ओ मैं अपनी मां दा फातिहा ते दो कतल करके पढ़ना वा, तू मैनू ओदा वास्ता क्यों पई पानी है? जा तू अपने पुत्र कोल जा, ओनू अपना नंगा सिर वखा के दस दवी के एक निशान मैं ओनू दे चलिया। जे ओ हिसाब लैण आया ते चादर मैं ओदा कफन बना दिया। यूसी नूं पछाण दी इक्को सूरत है, उहदा पिंड च विआह करके उहनूं उत्थे आबाद कर दिया। जरा ठहर जा ठंडिया, जरा ठहर जा पुत्तर, किसी कोल उतर के जरा पुछ लै ऐ नूरपुर दा राय किधरे और ते नहीं आ गए किसी होर पिंड च? आए हाय कोई अकल कर, केड़े पिंड दी? चल नहीं परे हट, जे तू रिश्ते करवानी है ते पहले मेरा पक्का रिश्ता करवा, मेरे नाल मेरा भोला रुझ गया है। भोला किथे? खूह च लमका आई हां। खूह च लमका आई आया है? ओते मर जाएगा? नहीं मरदा, मैं किन्नी बारी लमकाया है। वाकई भोला है, चल आ मेरे नाल टांगे च बहो, खूह तो लेके चल। चल ओए, हाँ अकल की गल कर कुड़िए, आराम नाल। ए वेख मैं छेते छेते खूह गेड़, खबरे दा भोला बची जावे। बचते जावेगा पर तू ए दुआ मांग फस भी जावे। भुलाए छेती चला दे मुंडिया। ओए तू तो चुप कर ना सुन। वे पुत्र तैनू इस कुड़ी ने कुछ लमका दिता सी? मैनू की गुनाह है नू है? हाय हाय तू तो वाकई भोला है, वे जे तू डूब जांदो फेर ले। मैं मरना थोड़ी सी, मैं ते अगले जहां टूट जाना सी। माशाल्लाह कर लो गल, एवी ते नहीं मैं नु कुग्गू कहंदी? मैं भी तेरे नाल ऐसले ब्याह नहीं करदा कि ब्याह दे बाद तू घर च रहेंगी, मैनू खूज लमकाई रखेंगी। वे गल ते सुन जा। ओ तेरे नाल रुस गया पुत्र, ते भोले बंदे बड़ी मुश्किल मानदे ने। तू साडे मुकाबले ज्यादा चटके ना ले, साडे पिंड च केवे नाजिल होइए? कैंची वांगू चलती सुबान, मैं ते फज्जे नु मिलन आई हां। फज्जा? केड़ा फज्जा?
अजय मेरा प्यो है, आओ मेरे नाल। अब्बा 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 तेनू दंदल क्यों पै गई है? ये तेनू ही मिलना है। ये मैनू मिलना है? आहो पर पहना मैं तानू पछाया नहीं। मैं तेरे यार करमू दी बीवी हां, जिन्हों तो कभी सरिये वाली फैक्ट्री च नौकर करवाया सी ते वो कतल हो गया सी। अच्छा अच्छा ते तू मेरे मरूं यार करमू दी बीवी है? आहो प्रभा बह जाओ जी, तू की बह गई है, जा दूध च खंड पा के लिया। दूध दूध ते बिल्ली पी गई सी ते खंड मैं खा ली है। फिटे मुंह तेरा, जा भोले दी मां को लिया। ओ ते आप कीदे वाली खंड जमा कर रही है अब्बा जी। अच्छा फिर बता। रहन दे प्रभा, क्यों रहन? मेरा काम हो गया तो मैं तेरा मुंह खंड नाल आप भर देंगी। तुसी हुकुम करो भैणा। मैं कहना चाहनी हां कि मेरा पुत्र यूसी खैर नाल जवान हो गया है ते मां जी फिर ओनू फौज च भर्ती करा दियो। तू तो चुप कर बुलाए, मैं ओनू तुहाडा पुत्र बनाना चाहनी हां। अच्छा अच्छा जी, ਇਹ ਤੇ ਖੈਰ ਨਾਲ ਭੋਲੇ ਨਾਲ ਮੰਗੀ ਗਈ ਹੈ ਤੇ ਵੀ ਦੂਜੀ ਭੈਣ ਤੇਰੇ ਪੁੱਤਰ ਜ਼ੁਲਫੀ ਨਾਲ ਚੁੱਕੀ ਗਈ ਸੀ, ਉਹਨੂੰ ਮੈਂ ਆਹ ਉਡੀਕਦਿਆਂ ਉਡੀਕਦਿਆਂ ਵੱਡਾ ਹੋ ਗਿਆ। ਉਦੋਂ ਦਾ ਵਿਛੋੜਿਆ ਪੁੱਤਰ ਅੱਜ ਤੱਕ ਨਹੀਂ ਮਿਲਿਆ, ਤੇਰੀ ਧੀ ਕਿੱਥੋਂ ਮਿਲੇਗੀ? ਜੇ ਲੱਭ ਗਈ ਭੈਣਾ ਤੇ ਤੇਰੀ ਹੈ। ਇਹਨੂੰ ਵੇਖ ਲੈ, ਦੋਵਾਂ ਦੀਆਂ ਸ਼ਿਕਲਾਂ ਇੱਕੋ ਜਿਹੀਆਂ। लाड़िए बड़े चक्कर ला रही है। सारे गली चक्कर दिए, वही चंगा है जिदा चक्कर चल जाए। चक्कर ते चल जाए पर तू किस खुशी विच घूमी जा रही है, घूमी जा रही है। सोनिया जिदी कोई मंजिल ना होवे ओ कोनू दे बैल वांगू ऐसी तरह घूमता है। ਇਸ ਸ਼ਹਿਰ ਦਾ ਉਹ ਕਿਹੜਾ ਬੈਂਕ ਜਿਹਦੇ ਵਿੱਚ ਤੇਰਾ ਅਕਾਊਂਟ ਨਹੀਂ, ਇਹਦੇ ਬਾਵਜੂਦ ਤੂੰ ਮਾਯੂਸ ਹੈ? ਹਾਂ ਸੇਠ, ਬੈਂਕਾਂ ਵਿੱਚ ਲੱਖਾਂ ਰੁਪਏ ਤੇ ਮੰਗਣ ਵਾਲਾ ਕੋਈ ਨਹੀਂ। ਬੜਾ ਜੀ ਕਰਦਾ ਹੈ ਕੋਈ ਬੁੱਢਾ ਧੀ ਕਹਿ ਕੇ ਪੈਸੇ ਮੰਗੇ ਤੇ ਮੈਂ ਸਾਰੇ ਨੋਟ ਉਹਦੀ ਝੋਲੀ 'ਚ ਪਾ ਦਿਆਂ। ਜੇ ਜ਼ਿਆਦਾ ਹੀ ਪਰੇਸ਼ਾਨ ਹੈ ਤੇ ਸਰਕਸ ਤੋਂ ਕਿਰਾਏ ਦਾ ਪਿਓ ਮੰਗਵਾ ਦਿਆਂ। ਸੋਨੀਆ ਤੂੰ ਤੇ ਆਪ ਇੱਕ ਦਿਨ ਪਿਓ ਨੂੰ ਲੱਭਣਾ ਹੈ। ਪਿਓ ਨੂੰ ਲੱਭਣਾ? ਪਿਓ ਤੇ ਮੇਰੇ ਕੋਲ ਏ, ਕੀ ਕਹਿ ਗਈ ਏ ਲਾੜੀ, ਜ਼ਰੂਰਤ ਤੋਂ ਜ਼ਿਆਦਾ ਹੀ ਸਮਝਦਾਰ ਹੋ ਗਈ ਹੈ। ਛੋੜ ਦਿਆਂਗੀ। ਓਏ ਡਾਂਗ ਨਾ ਚਲਾਈ, ਮਰ ਜਾਣੀ ਏ। ਪਹਿਲੇ ਮੇਰੇ ਸਿਰ ਤੋਂ ਮੰਜੀ ਲਵਾ ਕੇ ਮੇਰੀ ਗੱਲ ਤੇ ਸੁਣ ਲੈ। ਲੈ ਆ ਜਾ। ਮੈਂ ਨਹੀਂ ਆਉਂਦੀ। ਕਿਉਂ, ਤੂੰ ਮੇਰੇ ਨਾਲ ਨਾਰਾਜ਼ ਹੈ? ਹੋਰ ਨਹੀਂ ਤੇ, ਮੈਨੂੰ ਕੱਲਿਆ ਛੱਡ ਕੇ ਸ਼ਹਿਰ ਨਾ ਤਾਂ ਸੋਚ ਲੈਣਾ ਸੀ ਤੇਰੇ ਬਾਅਦ ਮੇਰਾ ਪਿੰਡ 'ਚ ਕੌਣ ਹੈ? ਸਾਰੇ ਹੀ ਨੇ, ਤੇਰਾ ਪਿਓ ਜੀ ਹੁੰਦਾ ਹੈ, ਅੱਲਾ ਰੱਖੇ ਮੇਰੀ ਮਾਂ ਇੱਥੇ ਵੇ ਤੇ ਤੇਰਾ ਦਿਲ ਪਹਿਚਾਣ ਲਈ ਤੇ ਭੈਣ ਜਿਹੀ ਨਹੀਂ ਬੜੀ। ਲੈ ਤੂੰ ਤੇ ਸੱਚਮੁੱਚ ਭੁੱਲ ਹੀ ਹੈ, ਮੈਂ ਤੈਨੂੰ ਸ਼ਹਿਰ ਜਾਣ ਤੋਂ ਨਹੀਂ ਰੋਕਦੀ, ਪਰ ਇੰਨਾ ਤੇ ਸੋਚ ਲੈਣਾ ਸੀ ਜੇ ਤੇਰੇ ਬਾਅਦ ਮੈਨੂੰ ਕੁਝ ਹੋ ਗਿਆ ਤੇ ਸਭ ਤੋਂ ਵੱਧ ਤੂੰ ਹੀ ਪਛਤਾਏਗਾ। ਨਾ 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 ਨਾ, ਉਦਾਸ ਕਰਨ ਵਾਲੀ ਗੱਲਾਂ ਨਾ ਕਰੀ, ਨਹੀਂ ਤੇ ਮੇਰਾ ਸਫ਼ਰ ਓਏ ਮੇਰਾ ਸਫ਼ਰ ਤੇ ਸ਼ੁਰੂ ਹੋਣ ਤੋਂ ਪਹਿਲੇ ਹੀ ਖਤਮ ਹੋ ਜਾਏਗਾ। ਇਹੋ ਤੇ ਮੈਂ ਚਾਹਨੀ। ਤੂੰ ਚਾਹਨੀ, ਮੈਂ ਆਪਣੇ ਪੈਰਾਂ ਤੇ ਖਲੋਣ ਦੀ ਕੋਸ਼ਿਸ਼ ਨਾ ਕਰ। ਤੂੰ ਇਹ ਚਾਹਨੀ ਕਿ ਚਾਰ ਦਿਨ ਦੀ ਜੁਦਾਈ ਤੋਂ ਬਈ ਮੈਂ ਆਪਣੇ ਫਰਜ਼ ਨੂੰ ਭੁੱਲ ਜਾਵਾਂ। ਤੂੰ ਇਹ ਵੀ ਚਾਹਨੀ ਹੈ ਕਿ ਲੋਕੀ ਮੈਨੂੰ ਨਿਖੱਟੂ ਤੇ ਬੇਗੈਰਤ ਕਹਿਣ। ਕੰਨ ਖੋਲ ਕੇ ਸੁਣ ਲੈ ਮੁੰਡਿਆ, ਜੇ ਮੈਂ ਆਪਣੀ ਭੈਣ ਲਈ ਤੇ ਫਿਰ ਤੂੰ ਵੀ ਸਾਰੀ ਜ਼ਿੰਦਗੀ ਮੇਰੀ ਕਮਾਈ ਨੂੰ ਤਰਸੇਗੀ। ਹਾਏ ਰੱਬ ਨਾ ਕਰੇ, ਮੈਂ ਤੈਨੂੰ ਮਿਹਨਤ ਮਜ਼ਦੂਰੀ ਕਰਨ ਤੋਂ ਨਹੀਂ ਰੋਕਦੀ, ਪਰ ਡਰ ਤੇ ਸਿਰ ਪੈਸ ਕਰਦਾ ਹੈ। ਤੂੰ ਸ਼ਹਿਰ ਦੀਆਂ ਫੈਸ਼ਨ ਕੁੜੀਆਂ ਵੇਖ ਕੇ ਕਿਧਰੇ ਮੈਨੂੰ ਨਾ ਭੁੱਲ ਜਾਈ। ਓਏ ਪਾਗਲੇ,
तू मैं समझी अल्लाह दिसो तेरे अलावा दुनिया की सारी औरत मेरे वास्ते मां पै एडी वड्डी कसम खा दी है सीने च ठंड पै गई है हुन तैनू मेरे वल्लों इजाजत ही इजाजत है ले सुखी इजाजत दा की फायदा साडे सीने विच ठंड पा के शहर भेज चल ओए परे हट आजा आजा ना चढ़ गए रंग माया जाओ
तो नींदर आन लग पई है, मेरा सफर पे खोटा होंदा। चल मंजी चुका ते सलाम अलैकुम ते रुखसत कर ते जल्दी कर। चल बोला जानी। तेरे पिछे सारी ट्रैफिक जाम हो गई है, चुक मंजी इथों। अच्छा भाजी सुनो, हेलो परदेसियों वास्ते हुकूमत ने बड़ा ही चंगा इंतजाम किया। अरे तू की कर रहे हैं? ओ चोर दा पुत्र, मेरा बटुआ। मैं चोर दा पुत्र नहीं जी, मैं तो भोला वा। मेरा बटुआ की गल है जनाबे आली? इन्हें मेरा बटुआ कटा, उत्तों बड़ा भोला बन रहा। मैं चोरी नहीं की थी। एदा पता तो तेनों जेल चल के लगेगा। जेल लग गए चल। शहशाह जेल चला गया ते फिर केड़ा पहुंचा ला? फिकर ना कर गेंडिया, उदी जमानत हो जाएगी। मर्दाने डब्बे च सुनानी आवाज। ये की चक्कर है शहनशाह, पता कर इत दुबई बना ला। की गल काकी, तैनु इतने को किराए ते छड़ गए? चुप चल, कोई गल नहीं, मैं आ गया तेरे को। कोई गल नहीं, मूछा वाला रन मूह च कंघी फड़ी कुड़ी नहीं मुंडा वा। तू तो वाकई मुंडा ही यार। बहुत अफसोस होया यार तेरी मंजी का। बाकी मैं क्या जान दे यार, जान दे मेरा भरा बहुत ना रोवे, रो रो के अखा चिड़ी के बोट अलगिया हो गई तेरी। वो थोड़ी जी सजा आ गई है, कट के जा जंप मार दा वापस घर। पर सजा 3 महीने हुई है ते 2 महीने बाद मेरी भैन का विआह है। वो तो चल कोई गल नहीं, एक बारी तेरे बगैर हो जाएगा, दूसरी बारी घर जाके अपनी मर्जी ने फिर कर दी। बक ना वे, मैं भोला जरूर हाँ, बगैरत नहीं। वाह वाह, बहुत अच्छी गल की शहजादे, आज तो बाद तू साडा यार है। तो याद रख, आज तो बाद ना तेरी कोई मंजी खोएगा तो ना ही तेन कोई ठुडे मारेगा। मैं क्या ना की है तेरा? भोला भोला बहुत अच्छा और नरम ना है। मैं क्या तू हूं इस तरह कर, अपनी मां नू खत लिख दे कि तू जेल च बहुत बाइज्जत जिंदगी गुजार दे। पर मैं मां नू ये भी नहीं लिख सकता कि मैं जेल हो गई है, ये मेरी सजा का पता लग गया तो मेरी भैन का रिश्ता टूट जाएगा, तो जे मैं ना गया तो वह दिल टूट जाएगा। की करा तो की ना करा। इन्ना भोला तो नहीं सह पुत्रा कि जाके भैन नू भी भूल जाए। जेड़ा हूं तक नहीं आया मां, उन्हें कल भी नहीं आना। विआह दी तारीख अगे कर दे मां, मैं डोली नहीं उबैना, नहीं उबैना। ऐ ना कहती है जे जंज वापस टूर गए ते लोखां लखां गल्लां करनियां। इस लाहौर नूं की आखां जिथे जाके मेरा पुत्र भी गुआच गया।
फिर मैनू की है? जवान मैं, सोनी मैं, कुंवारी मैं, तैनू किधरे और रिश्ता लभण दी कोई जरूरत नहीं। तांग उठी ते पढ़ा लिखा सोनी फीना नक ਕਹਿਰੀਆਂ ਅੱਖਾਂ ਤੋਬਾ 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 ਕਹਿਰੀ ਅੱਖ ਤੇ ਮੁੱਛਾਂ ਵਾਲੀ ਰਲ ਤੋਬਾ 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 ਜਿਹੜੀ ਤੂੰ ਜਵਾਨੀ ਦੀ ਗੱਲ ਕੀਤੀ ਤੇਰਾ ਘਰ ਛੋਟਾ ਰਹਿ ਗਿਆ ਇੱਥੋਂ ਤੱਕ ਹੋਲੀ ਦਾ ਮੈਂ ਸਮਝਦਾ ਤੂੰ ਮੈਂ ਕਿਹਾ ਤੂੰ ਨੂਰੀ ਨੂੰ ਐਸਾ ਵੈਸਾ ਨਾ ਸਮਝੀ ਤੇ ਨਾਲੇ ਮੈਂ ਮੁੱਛਾਂ ਨਹੀਂ ਲਾਂਦੀ ਜੇ ਮੈਂ ਐਸੀ ਵੈਸੀ ਹੁੰਦੀ ਤੇ ਸੜਕਾਂ ਤੇ ਫਿਰ ਕੇ ਗੁਬਾਰੇ ਨਾ ਵੇਚਦੀ ਦਿਨ ਰਾਤ ਮਜ਼ਦੂਰੀ ਨਾ ਕਰਦੀ ਮੈਂ ਤੇ ਇੱਕ ਵਿਛੜੇ ਹੋਏ ਖਾਨਦਾਨ ਦੀ ਇਕੱਲੀ ਕੁੜੀ ਨੂੰ रब दी सो तू काटे च नहीं रवेगा नूरी कोई मामूली कुड़ी नहीं बड़ी पागल जे मैं तेन कच दे बल्ब वांगू बलदी नजर ना आवा तू मेनू नूरी ना के राह प्या जाने ही राह प्या जाने ਦੀ ਡੋਰ ਜਦੋਂ
वापस आ जा मरना साहब जी। कल से मेरे मेरी भैन का ब्याह है, तनु अपने तीन आवास तो मैं छोड़ दियो। मैं उन्हें डोली तोड़ के वापस आ जा मरना, सारी जिंदगी इतनी रहेगा, मैं सिर्फ एक दिन नहीं जान दियो। तेनु जड़ी सजा दी गई है तेनु कट नहीं पाएगी। पर मेरी उन्हें डोली कौन चुकेगा? ना रोटी किदा किताबी चेहरा है, हरजी वर्गी अखा, सोना नक, सोने बोल। हूं हसेगी तो पता लगेगा मुंह च दंद किन्ने ने। मेरी कसम है पिछले सारे निकाह भुला दे। नहीं पिछले सारे निकाह मेरा मतलब अपना यारा दोस्तां दे निकाह। सारी जिंदगी लोकां दे तमाशे वेखे ने, अज तैनू वेख के ते की कहता ही। तेरे सिर का ताज ते ढिला हो के तेरे गिटिया च बह गया। शहनशाह अज पहली बारी जख्मी होया। तेनू पता है शहनशाह ने शादी कर लीती है? जी बहुत। तेनू ये भी पता है कि साडा मकसद की है? साडा मकसद शादी नहीं, काला धंधा है। तेरी वोटी ने कम करन तो इनकार किया, ਤੇ ਉਹ ਆਪਣੀ ਲਾੜੀ ਨੂੰ ਤਹਿਖਾਨੇ ਵਿੱਚ ਬੰਦ ਕਰਦੇ। ਸੋਹਣਿਆ, ਹਰ ਪੰਛੀ ਪਰ ਕੱਟਣ ਨਾਲ ਹੱਥ ਹੀ ਨਹੀਂ ਪੈਂਦਾ। ਸ਼ਮੀ, ਮੈਂ ਜੋ ਕੁਛ ਕਰ ਰਿਹਾ ਸਭ ਤੇਰੇ ਲਈ ਕਰ ਰਿਹਾ। ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਮੇਰਾ ਸਮਗਲਿੰਗ ਦਾ ਸਾਰਾ ਕਾਰੋਬਾਰ ਤੂੰ ਕੱਲੀ ਨੇ ਸੰਭਾਲਿਆ ਹੋਇਆ। ਮੈਂ ਤੇਰੇ ਲਈ ਅਸਿਸਟੈਂਟ ਲੱਭ ਰਿਹਾ ਸਾਂ। ਇਸ ਕਾਰੋਬਾਰ ਲਈ ਇੰਨੇ ਸੁਰ ਨਾ ਕੀਤਾ ਕਰ। ਇਹ ਕਿਉਂ ਭੁੱਲ ਗਿਆ ਹੈ ਕਿ ਤੂੰ ਰੇਸ ਦਾ ਘੋੜਾ ਹੈ? ਜਿਸ ਦਿਨ ਤੇਰੀ ਲੱਤ ਟੁੱਟ ਗਈ ਤੁਹਾਨੂੰ ਮਾਲਿਕ ਨੇ ਗੋਲੀ ਮਾਰ ਦੇਣੀ ਹੈ, ਗੋਲੀ। ਓ ਸ਼ਟ ਅਪ, ਮੇਰਾ ਕੋਈ ਮਾਲਕ ਨਹੀਂ, ਮੇਰਾ ਸਿਰਫ ਪਿਓ ਹੈ, ਉਹ ਵੀ ਮੇਰੀ ਮਰਜ਼ੀ ਹੈ। ਮੈਂ ਉਹਨੂੰ ਪਿਓ ਮੰਨਾ ਜਾਂ ਨਾ ਮੰਨਾ। ਨਾ ਹੀ ਮੰਨੇ ਤੇ ਪਿਓ ਦਾ ਪੁੱਤਰ ਬਣ ਸਕਣਾ ਹੈ। ਪਰ ਇੱਕ ਮਾਲਿਕ ਹੋਰ ਵੀ ਹੈ ਜਿਹਨੂੰ ਖੁਦਾ ਕਹਿੰਦੇ ਨੇ। ਉਹਦੇ ਖੌਫ ਤੋਂ ਡਰਿਆ ਕਰ, ਰੱਬ ਨੇ ਕਿਆਮਤ ਵਾਲੇ ਦਿਨ ਤੱਕੜ ਰੱਖਿਆ ਹੋਣਾ। ਨੇਕੀਆਂ ਵੱਧ ਤੇ ਜੰਨਤ, ਬੁਰਾਈਆਂ ਵੱਧ ਤੇ ਸਿੱਧਾ ਦੁਜ਼ਖ। ਮੈਂ ਵੀ ਇਸ ਦੁਨੀਆਂ ਵਿੱਚ ਇੱਕ ਨਿੱਕੀ ਜਿਹੀ ਤੱਕੜੀ ਰੱਖੀ ਹੋਈ ਹੈ। 99 ਬੁਰਾਈਆਂ ਕਰਨਾ ਤੇ 100 ਨੇਕੀਆਂ ਕਰਨਾ। ਕਦੀ ਕਦੀ ਇਹ ਕਤਰੂ ਲੱਖਾਂ ਹਾਸੀਆਂ ਤੋਂ ਪਾਰੀ ਹੁੰਦਾ ਹੈ। ਬਾਜ਼ ਆ ਜਾ ਸੇਠ, ਇਸ ਕੁੜੀ ਨੂੰ ਛੱਡ ਦੇ। ਮੈਂ ਕੁੜੀ ਨੂੰ ਕੋਈ ਫੜਿਆ ਤੇ ਨਹੀਂ ਹੋਇਆ ਜਿਹੜਾ ਛੱਡ ਦਿਆਂ। ਮੈਂ ਉਹਨੂੰ ਫਾਇ ਤੇ ਨਹੀਂ ਲਾ ਰਿਹਾ, ਉਹਨੂੰ ਰੋਜ਼ਗਾਰ ਤੇ ਲਾ ਰਿਹਾ। ਜੇ ਕਰੇਗੀ ਤੇ ਸੁਖੀ ਰਵੇਗੀ, ਜੇ ਨਾ ਕਰੇਗੀ ਤੇ ਫਾਕੇ ਮਰ ਜਾਏਗੀ। ਇਹਦੀ ਜੇਲ੍ਹ ਤੇ ਖਬਰੇ ਕੱਟੀ ਜਾਵੇ, ਪਰ ਇਹਦੇ ਵਾਰੀ ਸਾਰੀ ਜ਼ਿੰਦਗੀ ਦੁੱਖਾਂ ਦੀ ਜੇਲ੍ਹ ਵਿੱਚ ਰਹਿਣਗੇ। ਦੋ ਘੁੱਟ ਪਾਣੀ ਪੀ ਲੈ ਮਾਸੀ। ਮੁੱਲਾ ਅੱਜ ਵੀ ਨਹੀਂ ਆਇਆ, ਤੂੰ ਫਿਕਰ ਨਾ ਕਰ, ਆ ਜਾਏਗਾ। ਮਾਸੀ ਮਾਸੀ, ਪੋਲਾ ਆ ਗਿਆ। ਮਾਂ, ਮੈਂ ਆ ਗਿਆ। ਮਾਂ, ਮੈਂ ਆ। ਤੈਨੂੰ ਕੀ ਹੋਇਆ ਮਾਂ? ਆ ਗਿਆ ਪੁੱਤਰਾ, ਚੰਗਾ ਹੀ ਕੀਤਾ ਹੈ। ਖਬਰੇ ਇਸ ਲਈ ਮੇਰੇ ਸਾਹ ਬਾਕੀ ਸਨ। ਅੱਖਾਂ ਕੋਲ? ਅੱਖਾਂ ਕੋਲ ਮਾਂ? ਜ਼ਰੀਨਾ ਕਿੱਥੇ ਰਹੇ? ਉਹਦਾ ਵਿਆਹ? ਵਿਆਹ ਹੋ ਗਿਆ ਪੁੱਤਰਾ। ਮੁਬਾਰਕ ਹੋਵੇ ਮਾਂ। ਮੇਰੇ ਮੂੰਹ ਵਿੱਚ ਖਾ ਗਿਆ।
ਉਹ ਬਰਬਾਦ ਵੀ ਹੋ ਗਈ ਹੋਣੀ। ਨਹੀਂ ਮਾਂ ਨਹੀਂ, ਅੱਲਾ ਕਰੇ ਨਾ ਹੀ ਹੋਵੇ। ਤੇਰੀ ਉਡੀਕ ਵਿੱਚ ਬਹੁਤੇ ਦਿਨ ਲੰਘ ਗਏ ਸਨ ਪੁੱਤਰਾ। ਮੈਂ ਇੱਕ ਦਿਨ ਇਕੱਲੀ ਉਹਦੇ ਘਰ ਗਈ, ਉੱਥੇ ਜਾ ਕੇ ਪਤਾ ਲੱਗਾ। ਕੀ ਪਤਾ ਲੱਗਾ? ਸਾਡੇ ਨਾਲ ਧੋਖਾ ਹੋ ਗਿਆ ਪੁੱਤਰਾ। ਉੱਥੇ ਜਾ ਕੇ ਪਤਾ ਕੀਤਾ, ਉਹ ਜਿਹੜਾ ਪਤਾ ਦੇ ਗਏ ਸਨ ਉੱਥੇ ਕੋਈ ਹੋਰ ਹੀ ਲੋਕ ਰਹਿੰਦੇ ਸਨ। ਮਾਂ ਜਿੰਨੇ ਦੁੱਖ ਸਹਿ ਸਕਦੀ ਸੀ ਸਹਿ ਚੱਲੀਏ, ਆਪਣੀ ਭੈਣ ਨੂੰ ਲੱਭੀ ਜ਼ਰੂਰ ਪੁੱਤਰਾ, ਜ਼ਰੂਰ ਲੱਭੀ। ਜ਼ਰੀਨਾ? ਕੌਣ ਜ਼ਰੀਨਾ? ਜ਼ਰੀਨਾ ਤੇਰੀ ਭੈਣ ਲੱਗਦੀ ਹੈ। ਓਏ ਓਏ ਉੱਠੋ ਤਾਂ। ਵੇਖ ਰਹੇ ਹੋ ਪਾਜੀ, ਸਾਡੇ ਨਾਲ ਤੁਹਾਡੇ ਲਾਹੌਰ ਚ ਕੀ ਜ਼ਿਆਦਤੀਆਂ ਹੋ ਰਹੀਆਂ ਨੇ। ਦੁੱਖ ਸੁਣ ਖਾ ਕੇ ਫਰਿਆਦ ਕਰਨ ਲੱਗ ਪਿਆ ਉਠਾਈ ਗਿਰੇ। ਓਏ ਕਿਸੇ ਦੀ ਧੀ ਭੈਣ ਨੂੰ ਛੇੜਨ ਵਾਲੇ ਨੂੰ ਜਾਨੋਂ ਮਾਰ ਦੇਣਾ ਚਾਹੀਦਾ। ਕੀ ਕਹਿ ਰਹੇ ਹੋ ਪਾਜੀ? ਜਿਹਦੀ ਆਪਣੀ ਪਰਗਵਾਜ ਗਈ ਹੋਵੇ ਉਹ ਕਿਸੇ ਦੀ ਧੀ ਭੈਣ ਨੂੰ ਕਿਸ ਤਰ੍ਹਾਂ ਛੇੜ ਸਕਦਾ? ਉਹ ਮੈਂ ਜਾਣਨਾ, ਇੱਕ ਗਲਤੀ ਨੂੰ ਲੁਕਾਉਣ ਲਈ ਕਈ ਝੂਠ ਬੋਲਨੇ ਪੈਂਦੇ ਨੇ। ਮੈਨੂੰ ਤੇਰੀ ਗੱਲ ਦਾ ਯਕੀਨ ਨਹੀਂ ਗਾ। ਓਏ ਯਕੀਨ ਨਹੀਂ ਪਾਜੀ ਤੇ ਤੁਸੀਂ ਵੀ ਦੋ ਕਸੂਰ ਮਾਰ ਕੇ ਟੁੱਟ ਜਾਓ। ਮੋਈ ਮਾਂ ਦੀ ਕਸਮ, ਮੇਰਾ ਸ਼ਹਿਰ ਵਿੱਚ ਕੋਈ ਮਾਦੀ ਨਹੀਂ। ਓ ਯਾਰ, ਤੂੰ ਤਾਂ ਮੈਨੂੰ ਸੱਚੀ ਮੁੱਚੀ ਦੁਖੀ ਮਾਲੂਮ ਹੁੰਦਾ। ਕੀ ਦੱਸਾਂ ਪਾਜੀ, ਸਾਡੇ ਤੇ ਕੀ ਬੀਤੀਆਂ ਨੇ। ਸ਼ਹਿਰ ਮਜ਼ਦੂਰੀ ਕਰਨ ਆਇਆ ਸਾ, ਕਿਸੇ ਨੇ ਬੇਕਸੂਰ ਹੀ ਕੈਦ ਕਰਾ ਦਿੱਤਾ। ਭੈਣ ਵਿਆਹੀ ਤੇ ਉਹਦਾ ਘਰ ਹੀ ਨਹੀਂ ਲੱਭਦਾ। ਲੱਗਦਾ ਇੱਥੇ ਹੀ ਠੇਡੇ ਖਾ ਖਾ ਕੇ ਮਰ ਜਾਂਦਾ। ਉਹ ਹਿੰਮਤ ਨਹੀਂ ਆ ਰਹੀ ਦੀ ਚੱਲਿਆ, ਮੁਸ਼ਕਲਾਂ ਵੀ ਜਵਾਨਾਂ ਤੇ ਆਉਂਦੀਆਂ। ਤੂੰ ਇਹ ਦੱਸ ਰਹਿਣਾ ਕਿੱਥੇ? ਕੋਈ ਠਿਕਾਣਾ ਨਹੀਂ, ਜਿੱਥੇ ਥੱਕ ਕੇ ਡਿੱਗ ਪੈਣਾ ਉੱਥੇ ਹੀ ਪੈ ਜਾਣਾ। ਰੱਬ ਦੇ ਸਿਵਾ ਕਿਸੇ ਦਾ ਆਸਰਾ? ਉਹ ਜਿਹਨੂੰ ਰੱਬ ਦਾ ਆਸਰਾ ਹੋਵੇ ਉਹਨੂੰ ਹੋਰ ਕਿਸੇ ਆਸਰੇ ਦੀ ਲੋੜ ਵੀ ਨਹੀਂ ਹੁੰਦੀ। ਜਦੋਂ ਤੱਕ ਤੇਰੀ ਭੈਣ ਨਹੀਂ ਨਾ ਮਿਲਦੀ, ਤੂੰ ਮੇਰਾ ਭਰਾ ਬਣ ਕੇ ਮੇਰੇ ਘਰ ਰਵੇਂਗਾ। ਭਰਾ ਕਿਆ ਹੀ? ਆਹੋ, ਐਸ ਰਿਸ਼ਤੇ ਦੀ ਲਾਜ ਨਿਭਾਣਾ, ਸ਼ਹਿਰੀਆਂ ਵਾਲੇ ਕੰਮ ਨਾ ਕਰਨਾ। ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਚੰਗੇ। ਮੈਂ ਤੇਰੇ ਦੁੱਖਾਂ ਦੇ ਅੱਗੇ ਕੰਨ ਬਣ ਕੇ ਖਲੋਵਾਂਗਾ। ਆ ਮੇਰੇ ਨਾਲ ਆ ਜਾ। ਮੈਂ ਠੀਕ ਸਮਝਿਆ ਹੈ, ਮੇਰੀ ਹੋਣ ਵਾਲੀ ਭਾਬੀ ਹੈ ਨਾ। ਅੱਲਾ ਤੇਰੀ ਜ਼ਬਾਨ ਮੁਬਾਰਕ ਕਰੇ, ਤੇਰੇ ਮੂੰਹ ਵਿੱਚ ਘਿਓ ਤੇ ਸ਼ੱਕਰ। ਓ ਨਾ ਨਾ ਪਾਗਲਖਾਨੇ, ਨਾ ਖਾਈ ਇਹਨੇ ਕਿ ਉਹੀ ਥਾਂ ਤੈਨੂੰ ਡਾਲਡਾ ਪਾ ਦੇਣਾ, ਤੇਰਾ ਗਲਾ ਖਰਾਬ ਹੋ ਜਾਣਾ ਤੇ ਤੇਰੇ ਕੋਲ ਬੋਲਿਆ ਨਹੀਂ ਜਾਣਾ ਜ਼ਬਾਨ ਤੇਰੀ ਸਾਹਮਣੇ। ਮੇਰੀ ਜ਼ਬਾਨ ਬੰਦ ਨਹੀਂ ਹੁੰਦੀ ਭਾਜੀ, ਬੜੀ ਕਾਲੀ ਏ ਜੋ ਕਹਿੰਦਾ ਹੋ ਕੇ ਰਹਿੰਦਾ। ਤੂੰ ਭਾਈ ਉਸੇ ਦੇ ਬਾਲ ਨਾ ਕਢਾਇਆ ਨਾ ਤੇ ਮੈਨੂੰ ਭੋਲਾ ਨਾ ਕਹੀ। ਉਹ ਪਾਗਲਖਾਨੇ ਦੀਆਂ ਗੱਲਾਂ ਤੇ ਲੱਗ ਗਿਆ, ਚਲਾ ਟੁਰ ਆ ਜਾ ਆ ਜਾ। ਵੱਡਾ ਫੱਲੇ ਖਾਂ। ਮਾਂ ਮਾਂ ਕੀ ਗੱਲ ਹੈ? ਬੜਾ ਖੁਸ਼ ਲੱਗਣਾ ਹੈ, ਇੰਜ ਲੱਗਦਾ ਹੈ ਜਿਵੇਂ ਤੈਨੂੰ ਵੀਰ ਮਿਲ ਗਿਆ। ਇਹੋ ਹੀ ਸਮਝ ਲੈ ਮਾਂ, ਤੂੰ ਉਹਨੂੰ ਆਪਣਾ ਜ਼ੁਲਫੀ ਸਮਝੇ ਨਾ ਸਮਝੇ, ਮੈਂ ਉਹਨੂੰ ਆਪਣਾ ਵੀਰ ਬਣਾ ਕੇ ਲਾਇਆ ਹੈ। ਹੈ ਆ ਜਾ ਯਾਰ, ਬਾਹਰ ਹੀ ਖਲੋ ਰਹੇ। ਆ ਜਾ ਭਾਈ, ਅੱਲਾ ਗਿਆ ਭਾਈ, ਲੰਘ ਗਿਆ ਆਪਣਾ ਹੀ ਘਰ। ਆ ਗਿਆ ਮਾਂ, ਆ ਗਿਆ ਭੌਂਦੂ ਜੀ, ਕੀ ਬੁਲਾਏਗੀ? ਆ ਵੇਖ ਤੁਸੀਂ ਤਰ੍ਹਾਂ ਨੂੰ
ਕੁੜੀਆਂ ਦਾ ਮੰਗੇਤਰ ਏ। ਅੱਛਾ ਉਹਦੇ ਚਾਚੇ ਫੱਜੇ ਦਾ ਹੋਣ ਵਾਲਾ ਜਵਾਈ ਪੋਲਾ। ਆਹੋ ਮੈਨੂੰ ਵੀ ਯਾਦ ਆ ਗਿਆ, ਤੁਸੀਂ ਮੈਨੂੰ ਖੂਹ ਚੋਂ ਕੱਢਿਆ ਸੀ। ਤੁਸੀਂ ਮਾਂ ਜੀ ਇਹਨੂੰ ਖੂਹ ਚੋਂ ਕੱਢਿਆ ਸੀ? ਆਹੋ ਬੜੀ ਲੰਮੀ ਗੱਲ ਏ, ਫੇਰ ਦੱਸਾਂਗੀ, ਇਹਨੂੰ ਮੈਂ ਮਿਲ ਬੈਠੀ ਆ। ਚਲੋ ਚੰਗਾ ਹੋਇਆ, ਫੇਰ ਤਾਂ ਘਰ ਦਾ ਬੰਦਾ ਘਰ ਆ ਗਿਆ। ਪਰ ਮਾਂ ਇਸ ਵਿਚਾਰੇ ਨੇ ਇੱਕ ਬੜਾ ਜ਼ੁਲਮ ਹੋਇਆ, ਸਾਡੇ ਸ਼ਹਿਰ ਦੇ ਕਿਸੇ ਬਦਬਖਤ ਨੇ ਧੋਖੇ ਨਾਲ ਦੀ ਭੈਣ ਵਿਆਹ ਕੇ ਲੈ ਗਈ, ਤੇ ਵਿਚਾਰਾ ਨੂੰ ਲੱਭਦਾ ਲੱਭਦਾ ਮੈਨੂੰ ਮਿਲ ਗਿਆ, ਤੇ ਮੈਂ ਉਹਨੂੰ ਆਪਣਾ ਵੀਰ ਬਣਾ ਕੇ ਆਪਣੇ ਨਾਲ ਲੈ ਆਇਆ। ਸਾਨੂੰ ਮਿਲਣ ਵਾਲਾ ਹਰ ਬੰਦਾ ਕੁਝ ਨਾ ਕੁਝ ਗਵਾ ਦਿੰਦਾ ਹੈ। ਅਜੇ ਨੂੰ ਧੀ ਨਹੀਂ ਮਿਲਦੀ, ਇਹਨੂੰ ਭੈਣ ਨਹੀਂ ਮਿਲਦੀ, ਤੇ ਮੈਨੂੰ ਮੇਰਾ ਪੁੱਤਰ ਨਹੀਂ ਦਿਸਦਾ। ਅਸੀਂ ਐਡੇ ਅਮੀਰ ਤੇ ਨਹੀਂ ਕਿ ਹਰ ਦਿਹਾੜੇ ਲੁੱਟੇ ਜਾਈਏ। ਰੱਬ ਦਾ ਵਾਸਤਾ ਨਾ ਰੋ ਮਾਂ ਜੀ, ਮੈਨੂੰ ਆਪਣੀ ਮੋਈ ਮਾਂ ਯਾਦ ਆਉਂਦੀ ਹੈ। ਹੁਣ ਤੇਰੀ ਮਾਂ ਮੈਂ ਵਾਂ ਮਾਂ ਸਕੇ, ਤੂੰ ਮੋਈ ਮਾਂ ਦੀ ਥਾਂ ਮੈਨੂੰ ਦੇ ਦੇ, ਤੇ ਮੈਂ ਤੈਨੂੰ ਆਪਣੇ ਗੁਆਚੇ ਪੁੱਤਰ ਜ਼ੁਲਫੀ ਦੀ ਥਾਂ ਦੇ ਦਿੰਦੀ ਹਾਂ। ਹੋਰ ਕੁਝ ਨਹੀਂ, ਤੇ ਆਪਣੇ ਆਪ ਨੂੰ ਧੋਖਾ ਦੇ ਕੇ ਜ਼ਿੰਦਗੀ ਦੇ ਸਾਹ ਕੁਝ ਸੌਖੇ ਲੱਗ ਜਾਣਗੇ। ਠੀਕ ਹੈ ਮਾਂ, ਪਰ ਤੁਹਾਡੇ ਕੋਲ ਤੇ ਥਾਂ ਹੈ, ਮੇਰੇ ਕੋਲ ਤੁਹਾਨੂੰ ਦੇਣ ਵਾਸਤੇ ਇੱਕ ਮਰਲਾ ਥਾਂ ਵੀ ਨਹੀਂ। ਬੋਲਿਆ ਤੂੰ ਸੱਚੀ ਬੁੱਚੀ ਬੋਲਿਆ। ਉਹ ਮਾਇਆ ਦੀਆਂ ਗੱਲਾਂ ਛੱਡੋ, ਤੁਸੀਂ ਕੋਈ ਖਾਣ ਪੀਣ ਦਾ ਇੰਤਜ਼ਾਮ ਕਰੋ ਤੇ ਮੈਂ ਗੋਸ਼ਤ ਲੈ ਕੇ ਆਇਆ। ਨਹੀਂ ਭਾਜੀ, ਮਾਂ ਹਮੇਸ਼ਾ ਸੌਦਾ ਮੈਨੂੰ ਕਹਿੰਦੀ ਸੀ, ਤੇ ਇਸ ਮਾਂ ਦਾ ਸੌਦਾ ਵੀ ਮੈਂ ਲੈ ਕੇ ਆਵਾਂਗਾ, ਨਾਲੇ ਮੈਂ ਛੋਟਾ ਵਾਂ, ਮਾਂ ਪੈਸੇ ਦੇ। ਓ ਯਾਰ ਜਾਣਦੇ ਸੀ, ਦੋ ਸਿਰ ਗੋਸ਼ਤ ਲਿਆ ਕੇ ਯਾਰ, ਕਿਸੇ ਜੰਜ ਬੁਲਾਈ ਆ ਸਿਰ ਗੋਸ਼ਤ ਲਿਆਈ ਆ ਭਾ। ਦਰਵਾਜ਼ੇ ਨੂੰ ਨਿਕਲਦੇ ਆ ਸੱਜੇ ਹੱਥ ਤੋਂ ਜੀ, ਸੱਜੇ ਹੱਥ ਹੋ ਕੇ ਫਿਰ ਖੱਬੇ ਹੱਥ ਹੋ ਜੀ, ਤੇ ਨੁਕਰ ਉੱਤੇ ਗੁਸਾਈ ਦੀ ਸੁਕਾਈ, ਤੇ ਉਹਨੂੰ ਮੇਰਾ ਨਾਂ ਨਹੀਂ ਤੇ ਗੱਲ ਸਿੱਧਾ ਘਰ ਆ ਰਹੀ ਹੁਣ, ਮੈਂ ਤੂੰ ਲੱਭਦਾ ਦੇਣਾ। ਹੁਣੇ ਆਇਆ ਭਾਜੀ, ਲੱਭ ਦੇ। ਅੱਗੇ ਬੋਲਿਆ ਫਿਰ ਕੱਪੜਾ ਤੇ ਲੈਣਾ ਜਾ, ਗੋਸ਼ ਕਾ ਤੁਸੀਂ ਲਿਆਏਗਾ। ਯੂਸੀ ਇਹ ਦਾਗ ਤਾਂ ਮੇਰੇ ਬੇਘਰ ਹੋਣ ਦੀ ਖੁਸ਼ੀ ਚ ਹੋ ਰਹੀਆਂ ਨੇ, ਜਾਂ ਤੇਰੇ ਬੇਗੈਰਤ ਹੋ ਜਾਣ ਦਾ ਜਸ਼ਨ ਹੋ ਰਿਹਾ। ਪਾਪਾ ਐਸੇ ਜ਼ੋਰ ਤੇ ਗੁੱਸੇ ਨਾਲ ਇੱਕ ਸਵਾਲ ਆਪਣੀ ਮਾਂ ਤੇ ਵੀ ਕਰ, ਫਿਰ ਤੈਨੂੰ ਪਤਾ ਲੱਗਿਆ ਮੈਂ ਕੀ ਬੋਲ ਰਿਹਾ ਤੇ ਕਿਉਂ ਬੋਲ ਰਿਹਾ। ਇੱਕੋ ਸਾਂ ਚ ਬੋਲਦਾ ਜਾ, ਬੋਲਦਾ ਜਾ। ਤੇ ਫਿਰ ਸੁਣ ਪੁੱਤਰਾ, ਹਮ ਇਸ ਟੂਰਨਾਮੈਂਟ ਬੇਦਖਲ ਕਰਕੇ ਗੁਦਾਮ ਨੂੰ ਵੀ ਤਾਲਾ ਲਾ ਦਿੱਤਾ ਸੀ, ਤੇ ਜਾਂਦੀ ਵਾਰੀ ਇੱਕ ਪੈਗਾਮ ਦੇ ਗਿਆ, ਕਹਿੰਦਾ ਸੀ ਯੂਸੀ ਨੂੰ ਕਹਿ ਦੇ ਕਿ ਮੈਂ ਆਪਣੇ ਬੰਦਿਆਂ ਨੂੰ ਮਾਰ ਦੇ ਖਾਤਰ ਤੇਰੀ ਮਾਂ ਦੀ ਸਿਰ ਦੀ ਚਾਦਰ ਲੈ ਗਿਆ ਸਾਂ, ਉਹ ਚਾਦਰ ਲੈਣ ਕਦੋਂ ਆਵੇਗਾ? ਮੈਨੂੰ ਅੱਜ ਦੱਸ ਰਿਹਾ, ਮੈਨੂੰ ਨੀ ਪਤਾ ਸੀ, ਬਾਕੀ ਆਪਣੀ ਮਾਂ ਕੋਲੋਂ ਪੁੱਛ, ਜਿਹਨੂੰ ਨੰਗੇ ਸਿਰ ਹੋਇਆ ਦੋ ਹਫ਼ਤੇ ਹੋ ਗਏ ਨੀ। ਸਿਰ ਕਰਵਾ ਕੇ ਪੁੱਤਰਾਂ ਨੂੰ ਬਚਾ ਵੀ ਲਈਏ ਤੇ ਲੋਕ ਬੇਗੈਰਤ ਕਹਿ ਕਹਿ ਕੇ ਮਾਰ ਦਿੰਦੇ ਨੇ। ਬੋਲ ਕੀ ਸੋਚ ਕੇ ਇਸ ਸਰੂਪ ਤੇ ਪਰਦਾ ਪਾਇਆ ਮਾਂ? ਜਵਾਬ ਦੇ, ਜਿਸ ਯੂਸਵੀ ਦਾ ਨਾਂ ਸੁਣ ਕੇ ਨੰਗੇ ਸਿਰਾਂ ਦੇ ਚਾਦਰ ਆ ਜਾਂਦੀਆਂ ਨੇ, ਉਹਦੀ ਆਪਣੀ ਮਾਂ ਦਾ ਸਿਰ ਨੰਗਾ ਹੋਇਆ ਹੋਵੇ, ਤੇ ਨਾ ਹੀ ਇਸ ਘਰ ਦੀਆਂ ਕੰਧਾਂ ਫਾਟੀਆਂ ਨੇ, ਨਾ ਹੀ ਮੇਰੇ ਤੇ ਆਸਮਾਨ ਡਿੱਗਾ, ਨਾ ਹੀ ਲਾਲ ਹਨੇਰੀ ਚੱਲੀ ਹੈ। ਜਵਾਬ ਦੇ ਮਾਂ, ਆਪਣੀ ਬੇਇੱਜ਼ਤੀ ਦਾ ਭਾਰ ਚੁੱਕ ਕੇ ਆਪਣੇ ਪੈਰਾਂ ਤੇ ਕਿਵੇਂ ਖਲੋਤੀ ਹੋਈ ਹੈ? ਵੇਖ ਕਮਲਿਆ, ਮਾਵਾਂ ਤੇ ਪੁੱਤਰਾਂ ਥੱਲੇ ਗਿੱਲਾ ਕੱਪੜਾ ਨਹੀਂ ਵੇਖ ਸਕਦੀਆਂ, ਉਹਨਾਂ ਨੂੰ ਮਾਂ ਦੇ ਮੂੰਹ 'ਚ ਕਿਸ ਤਰ੍ਹਾਂ ਭੇਜ ਸਕਦੀਆਂ ਨੇ? ਮਾਂ ਸਾਂ ਤੇ ਅੱਖਾਂ ਬੰਦ ਹੋਣ ਦਾ ਨਹੀਂ, ਬੇਗੈਰਤ ਹੋਣ ਦਾ ਨਾ ਹੈ। ਪਾਣੀ ਪੰਜਾਬ ਦਾ ਪੀਏ ਤੇ ਪੁੱਤਰ ਮੇਰੇ ਦੇ ਜੰਮੇ ਤੇ ਆਪਣੇ ਸਿਰ ਦੀ ਚਾਦਰ ਬੇਗੈਰਤਾਂ ਦੇ ਹੱਥਾਂ 'ਚ ਫੜਾ ਕੇ ਮੈਨੂੰ ਮਾਂ ਤੇ ਮੈਦਾਨ ਤੋਂ ਦੂਰ ਰੱਖੇ। ਇਹੋ ਜਿਹਾ ਇਹੋ ਜਿਹਾ ਤੇ ਮੈਂ ਕਦੇ ਖਾਬ ਵੀ ਨਹੀਂ ਸੀ ਵੇਖਿਆ ਮਾਂ, ਖਾਬ ਵੀ ਨਹੀਂ ਸੀ ਵੇਖਿਆ। ਇਸ ਸਫ਼ਰ 'ਚ ਮੈਂ ਪਹਿਲੇ ਹੀ ਆਪਣਾ ਸਵਾਗ ਤੇ ਪੁੱਤਰ ਗਵਾ ਬੈਠੀ ਹਾਂ। ਕੀ ਚਾਹੁੰਦਾ ਹੈ? ਮੇਰੇ ਘਰ ਦਾ ਆਖਰੀ ਦੀਵਾ ਵੀ ਪੁੱਛ। ਅੱਗ ਤਾਂ ਮੈਂ ਉਹਨੇ ਇਹੋ ਜਿਹੀ ਲਾਵਾਂਗਾ ਮਾਂ, ਜਿਹਦੇ ਚਾਨਣ 'ਚ ਤੇਰਾ ਸਿਰ ਨੰਗਾ ਕਰਨ ਵਾਲਿਆਂ ਦੇ ਖਾਨਦਾਨ ਨੂੰ ਸੜਦਿਆਂ ਸਾਰਾ ਸ਼ਹਿਰ ਵੇਖੇਗਾ। ਨਹੀਂ 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 ਨਹੀਂ, ਅੱਗੇ ਹੀ ਮੋਢੇ ਨਾਲ ਨਹੀਂ ਸਰ, ਤੇ ਮਾਂ ਦਾ ਸਿਰ ਨੰਗਾ ਹੋ ਗਿਆ, ਤੇ ਹੁਣ ਤੈਨੂੰ ਕੁਝ ਹੋ ਗਿਆ, ਤੇ ਠੇਡੇ ਖਾਂਦੀ ਮਾਂ ਨੂੰ ਕਿਸੇ ਨੇ ਸਾਰਾ ਵੀ ਨਹੀਂ ਦੇਣਾ। ਰੱਬ ਦੀ ਸਾਂ ਮਾਂ, ਮੈਂ ਹੁਣ ਇਹੋ ਜਿਹਾ ਖੜਾ ਕਰਾਂਗਾ ਕਿ ਤੇਰਾ ਨਾਂ ਸੁਣ ਸੁਣ ਕੇ ਬੇਗੈਰਤਾਂ ਦੇ ਸਭ ਭੱਜ ਹੋ ਜਾਣਗੇ। ਨਹੀਂ ਰੁਕ ਜਾ,
नहीं तो मैं बत्ती तारा नहीं बख्शांगी। मैं पीता या तू धराम नहीं कर सकता मां। मेरे कसम कौन से काफिर उस पे गैरत नु कत्ल करके मुसलमान होएगा मां। मन बतवा न गई मां, मेरी भी उम्र लग जाए पर मारा जाएगा पुत्रा। आल पीछे जान भी जान दिए तो सौ भरी जाए परवाह नहीं। गैरत आनंद अनखन कोई ढक नहीं सकता। जो हामद बदमाश का सिर किधरे मोटिया थे लाइन तो एक क्यों हम सच के मार दिया था। जिस बंदे वल एक दी तड़कन बंद हो जाए समझ लें वही हामिद। जे हामिद बदमाश तू है तो मैं यहां कच लू वे के समझ जाए। मैं तो लेके मार दे बुए तक लौदी ना मिटलारी लकी चढ़ाया। गल अपने वजूद तो बड़ी वड्डी कर रहा लड़िया ते उस बला दे सामने कर रहा जिदा ना लेके तेरे जे पुत्र जमण आलिया मावां अपने बाल डरां दिया ने। मैनू मां दी साईं मैं तैनू अंच मारांगा जे मुड़ के तेरी नस्ल चो किसे ने मेरी मां वल कंठ भी कीती सारे पुत्र भी ले आओ ते सारे मिल के मेरी पुछल ते पैर रखो। मैनू मिर्चा लाओ मैनू तड़फाओ या किधरों आरा लिया के मैनू चीर दियो। इस हाल विच ते बला पूरे शहर का बेड़ा गर्क कर दे। फिर मैं इस विच दी लाश ते टोटे टोटे करके शहर च इहो जिही नुमाइश लावांगा फिर किसे मां दा सिर नंगा नहीं होएगा। अच्छा ते तू ही उस लाड़ी दा पुत्तर है जिदे नंगे सिर ते किन्ने ही सूरज चढ़ के डुब गए। फिर समझ लावे जिन्नी देर मेरी मां ने जुल्म लुकाई रखी है मैं उड़ता ही वड्डा दुख लेके तेरे सामने आया। मैनू रब दी साईं मैं मां दे इर्द गिर्द तेरे जे बेगैरता दिया लाशां दा इन्ना उच्चा ढेर लावांगा ते लोग की सूरज ता वेखणगे पर मेरी मां दा नंगा सिर नहीं। नहीं आए ए मेरा मेहमान है तेरी मेहमान नवाजी मेरा जिम्मा है। Ah!
ਤੁਹਾਨੂੰ ਮੇਰੀ ਕਸਮ ਹੈ। ਬੜਾ ਬਾਦਬ ਬੰਨਾ ਹੈ, ਰੁਕ ਕਿਉਂ ਗਿਆ ਹੈ, ਘਰ ਬਾਹਰ ਚੁੱਕ ਹੱਥ। ਤੇ ਉਸ ਹੱਥ ਵਿੱਚ ਮਾਂ ਦੀ ਹੱਥਕੜੀ ਹੈ ਬਦਮਾਸ਼ਾ। ਤੇ ਉਸ ਹੱਥਕੜੀ ਦੀ ਕਦਰ ਸਿਰਫ ਉਹ ਪੁੱਤਰ ਜਾਣਦਾ ਹੈ ਜਿਹਦਾ ਹਰ ਰੋਜ਼ ਕੋਈ ਚਿੱਟਿਆਂ ਵਾਲਾ ਵਾਲੀ ਪੁੱਤਰ ਕਹਿ ਕੇ ਮੱਥਾ ਚੁੰਮੇ। ਇਹਨੂੰ ਚੁੰਮ ਵੀ ਲੈ, ਚੱਟ ਵੀ ਲੈ, ਪਰ ਮੈਂ ਇਹਨੂੰ ਖਾ ਜਾਵਾਂਗਾ। ਇਹ ਚਲਾ ਜਾ ਇੱਥੋਂ। ਦੁਸ਼ਮਣੀ ਦੀ ਹੱਦ ਖਿੱਚਦਾ ਖਿੱਚਦਾ ਉਸ ਮਕਾਮ ਤੇ ਨਾ ਲਿਆ ਕਿ ਮਾਂ ਵੀ ਪੁੱਤਰ ਨੂੰ ਨਾ ਡੱਕ ਸਕੇ। ਇਹਦੀ ਭੂਸ਼ਣ ਤੇ ਪੈਰ ਰੱਖਣ ਦਾ ਸਿਰਫ ਇੱਕੋ ਹੀ ਤਰੀਕਾ ਹੈ ਕਿ ਮੈਂ ਤੇਰਾ ਸਿਰ ਇੱਕ ਵਾਰੀ ਫੇਰ ਨੰਗਾ ਕਰ ਦਿਆ। ਰੁਕ ਜਾ, ਨਹੀਂ ਤੇ ਗੋਲੀ ਮਾਰ ਦੇਗਾ ਸਾਰੇ ਲੋਕਾਂ ਨੂੰ। ਗੱਲ ਕੋਈ ਨਹੀਂ ਲਾੜਿਆ, ਇਹ ਫੱਟ ਉਦੋਂ ਤੱਕ ਰਿਸਦਾ ਰਹੇਗਾ ਜਦੋਂ ਤੱਕ ਤੂੰ ਬਾਹਰ ਨਹੀਂ ਆ ਜਾਂਦਾ। ਇਹਨੂੰ ਵੀ ਗ੍ਰਿਫਤਾਰ ਕਰ ਲਓ, ਨਾਲੇ ਛੁਰੀ ਖਾਵਾਂ, ਨਾਲੇ ਗਾਲਾਂ ਖਾਵਾਂ, ਨਾਲੇ ਹੱਥਕੜੀ ਪਾਵਾਂ। ਇਹ ਚੰਗਾ ਇਨਸਾਫ ਹੈ ਬਈ? ਉਹ ਕੌਣ ਕੰਬਖਤ ਲੜਿਆ? ਮੈਂ ਤੇ ਇਸ ਮਾਂ ਦਾ ਸਿਰ ਕੱਜ ਰਿਹਾ ਸਾਂ ਤੇ ਇਹਨੇ ਮੈਨੂੰ ਛੁਰੀ ਮਾਰ ਦਿੱਤੀ ਹੈ। ਇਹ ਵੇਖੋ, ਕਹਿੰਦਾ ਮੇਰੀ ਮਾਂ ਇਹਨੂੰ ਹੱਥ ਨਾ ਲਾਈ। ਮੈਂ ਕਹਿੰਦਾ ਇਹ ਮਾਂ ਹੈ ਕੋਈ ਅੱਗ ਤੇ ਨਹੀਂ। ਕਿਉਂ ਮਾਂ? ਹੱਥਕੜੀ ਵੇਖ ਕੇ ਝੂਠ ਨਾ ਬੋਲ ਬਦਮਾਸ਼ਾ। ਪੱਕ ਨਾ ਵੇ ਸਾਹਿਬ ਜੀ, ਇਹ ਠੀਕ ਕਹਿ ਰਿਹਾ ਮਾਂ। ਮੇਰਾ ਇੰਤਜ਼ਾਰ ਕਰੀ ਓ ਪਦਮਾਸ਼ਾ, ਤੇ ਹਰ ਰੋਜ਼ ਹੱਥਾਂ ਨੂੰ ਤੇਲ ਲਾਉਂਦਾ ਰਹੀ। ਮੈਂ ਹੱਥ ਲੈ ਜਾਣੇ ਨਹੀਂ। ਢਿੱਲ ਮਲਦਾ ਰਵੀ, ਓ ਦੁਸ਼ਮਣੀ ਕਰਨੀ ਹੈ ਕੋਈ ਕੁਸ਼ਤੀ ਤੇ ਨਹੀਂ ਲੜਨੀ। ਭੁੱਲ ਜਾਣ ਦੇ ਲਾੜੀਏ, ਇਹ ਲਓ ਤੇਰਾ ਤੇ ਨਹੀਂ। ਖੂਨ ਚ ਕਰਤਾ ਡੁੱਲਿਆ ਕੰਬ ਗਈ ਮਾਂ ਮਾਣੀ। ਖੂਨ ਚ ਕਰਤਾ ਡੁੱਲਿਆ ਕੰਬ ਗਈ ਮਾਂ ਮਾਣੀ। ਪਿਛੜੇ ਹੋਏ ਇੱਕ ਲਾਲ ਦੀ ਆ ਗਈ ਯਾਦ ਪੁਰਾਣੀ। ਕਰਾਂ ਕਾ ਖਤਮ ਬੁਰਾਈਆਂ ਭਾਵੇਂ ਜ਼ਾਲਮ ਜ਼ੁਲਮ ਕਮਾਏ। ਮੈਂ ਤੇਰੀ ਭੈਣ ਨੂੰ ਲੱਭਣ ਦੀ ਬਜਾਏ ਕਿਸੇ ਹੋਰ ਰਸਤੇ ਤੇ ਤੁਰ ਪਿਆ। ਇਹ ਸਫ਼ਰ ਮੈਨੂੰ ਬੜੀ ਮਜਬੂਰੀ ਨਾਲ ਇਖਤਿਆਰ ਕਰਨਾ ਪਿਆ। ਭਾਅ ਜੀ, ਖਬਰੇ ਮੈਂ ਹੀ ਬਦਕਿਸਮਤ ਹਾਂ ਜਿਹਦੇ ਨਾਲ ਲੱਗਣਾ ਵਿਛੜ ਜਾਂਦਾ ਹੈ। ਇਹ ਗੱਲ ਨਹੀਂ ਬੋਲਿਆ, ਗੈਰਤ ਦੇ ਮੈਦਾਨ 'ਚ ਜਵਾਨ ਵਿਛੜ ਹੀ ਜਾਂਦੇ ਨੇ, ਪਰ ਜੇ ਤੇਰੇ 'ਚ ਮੇਰੀ ਮਾਂ ਦਾ ਪੁੱਤਰ ਬਣਨ ਦੀ ਹਿੰਮਤ ਨਹੀਂ ਤੇ ਤੂੰ ਵੀ ਚਲਾ ਜਾ ਯਾਰ। ਮੈਂ ਭੋਲਾ ਵਾਂ ਭਾਅ ਜੀ, ਬੇਗੈਰਤ ਨਹੀਂ। ਤੁਸੀਂ ਹੁਕਮ ਤੇ ਕਰੋ। ਮੈਂ ਚਾਹਨਾ ਭੁੱਲਿਆ ਕਿ ਮੇਰਾ ਮੰਜਾ ਖਾਲੀ ਨਾ ਰਵੇ ਜਦੋਂ ਤੱਕ ਮੇਰੀ ਜ਼ਮਾਨਤ ਨਹੀਂ ਹੁੰਦੀ। ਤੂੰ ਜਾ ਕੇ ਮੇਰੇ ਮੰਜੇ ਤੇ ਬੈਠ ਜਾ। ਬਸ ਮੈਂ ਜਾ ਕੇ ਮੰਜੇ ਤੇ ਸੌ ਜਾ ਨਾ। ਕਮਲਿਆ, ਗੱਲ ਸਾਂਭਦੀ ਨਹੀਂ। ਮੰਜੇ ਤੇ ਬਹਿਣ ਤੇ ਇੱਕ ਸ਼ਰਤ ਹੈ ਕਿ ਉੱਥੋਂ ਕੋਈ ਕੰਨ ਟੁੱਟਾ ਨਾ ਲੰਘੇ। ਤੁਸੀਂ ਫਿਕਰ ਹੀ ਨਾ ਕਰੋ ਭਾਅ ਜੀ, ਕਿਸੇ ਕੰਨ ਟੁੱਟੇ ਨੂੰ ਲੰਘਣ ਨਹੀਂ ਦੇਵਾਂਗਾ। ਖੈਰ ਹੋਏ ਤੇਰੀ ਜਾ ਰਹੀ ਹੈ, ਮਾਂ ਨੂੰ ਮੇਰਾ ਸਲਾਮ ਦੇ। ਦੀ ਹੋਈ ਛੱਤ ਨੂੰ ਜਿੰਨਾ ਵੀ ਸਹਾਰਾ ਮਿਲ ਜਾਏ ਖਲੋ ਜਾਂਦੀ ਹੈ। ਤੁਹਾਡੀ ਬਦਮਾਸ਼ੀ ਨੂੰ ਮੇਰੀ ਠੱਲ। ਓਏ, ਜੇ ਅੱਜ ਤੋਂ ਬਾਅਦ ਕੋਈ ਵੀ ਬੈਠਕ ਬੰਦ ਹੋਈ ਤੇ ਮੈਂ ਤੁਹਾਡੇ ਸਾਹ ਬੰਦ ਕਰ ਦਿਆਂਗਾ।
खड़ो है चाबियां। तड़का किन्ने ला दे तेरी खुशबख्ती है कि तू बार बार दुश्मन बन के उस मां के सामने आना जिन्हों हर पैरा बंदा अपना गवाचा पुत्र लगता है नहीं तो तेरे मोड़िया तू सिर उस दिन ले जाना सी जिस दिन तू मेरा सिर नंगा किया सी। ओ तो मैं सिर्फ तेरा सिर नंगा किया सी और मैं तेरे कार नू जुए दी बैठक पड़ावांगा तेहो जी पड़ावांगा तेहो जी चलेगी के लोकी उसी नू बेगैरतां दा बादशाह कहण बाकी नाले बदमाशा ए सोच के मैं तेरे मुंह ते निशान नहीं पाया कि मेरी कोई मां नहीं ते मैं ओ सन देखी मां दे सद के तैनू माफ कीता जा जा मैं तैनू माफ कीता माफ कीता मैं तेरे मुंह ते निशान है इसलिए पाए नहीं लोकी ये ना कहन कि तेरी कोई मां नहीं यूसी दे मुंह ते भी देख के निशान लोकां नू दी मां याद आ जांदी है ते तेरे मुंह ते भी निशान देख के लोकां नू तेरी मां भी जरूर याद आएगी तैनू भी तेरा पुत्र बड़ा याद आवेगा और मैं वेखांगा इस मले दी हद ते मंजा कौन टांदा है शराफत दी ये नवी बुर्जी इत्थे कित्थों आ गई मैनू इत्थे यूसी ने बिठाया ते कहंदा सी किसे कण टुटे नू राह ना देवी अच्छा अच्छा ते यूसी ने कुर्बानी दे इस बकरे नू इत्थे बिठाया हुजूर मैं बकरा नहीं पोला वा पोला पोला आहो पोला पहले तुसी मैनू अपने कण चेक करा दियो जे टुटे होए ने ते राह नहीं देंगा ते जे ठीक ने ते लंघ जा ओए तू की कन्न मैलिया है तू भावे बम चला मेरे यार दा हुक्म है मैं इत्थों कोई कन टुटा नहीं लंघन देंगा जानना है दे विच की है गोली खंड दी गोली बारूद दी गोली ते जे चली ते फेर की बनेगा तेरा ओए अगले जहां टुर जावांगा यूसी दा यार मर जाएगा पर यारी जिंदा रहेगी ऐस जिद च तेनू की लभना है लाड़िया बस ए कोरा नपो देस मुर्दे ने डगन वाली गल करो एवे टाइम पे खराब करदा जबान दा सच्चा जिद दा पक्का अकल तो खाली शक्ल औला ए ते बड़े कम दी शै वे ओए असी ते तेनू अजमा रहे सा तेरी जिदारी वेख के सानू बड़ी खुशी हुई है रब दी सौ है और असी वापस जा रहे हैं ठीक है ऐ की कीता जे बॉस ए अपने मतलब दा बंदा है गेंदिया इनू अड्डे ते पहुंचा देना ओके बॉस रिवर्स गियर ला लाड़िया Good luck.
शर्मा मांगो नाच क्यों रही सैं? मेरी मर्जी, तो पूछने वाला कौन है? अच्छा, मैं पूछने वाला कौन? चाचा किथे वे? चाचा केड़ा चाचा? वाओ वे, उन चाचा भी केड़ा हो गए। कौन है तू? मैं कौन हो गया ते चाचा केड़ा हो गया? भाई तेरा पियू चाचा और कौन? पियू? मेरा कोई पियू नहीं। वाओ वे, बगैर पियू तो ही जमी की गल्ला ने शहर दिया इतने आके प्यू नु भी भूल गई है अपने मंगेतर भोले नु भी भूल गई है। भोला मेरा मंगेतर? मैं किसे भोले नु नहीं जानती। यू प्लीज गेट आउट। ओए ग्रेजुएट भी करने लग गई कदों सीखिए? मैनू तू कोई पागल लगना है। अच्छा मैं पागल? चल चाचे को दस ना पागल मैं हां या तू चल। ओ यू इडियट। सैया ओ ओ ओ भरा सैया बहन सैया हाथ चुक रहे हैं। और क्यों मरना ही शदाइया शहशा ए पागल ऐसे किस तरह ओ फेर गया ही लग गया क्या ओ दरअसल मुठ रख ये नवी परती हौली हौली ठीक हो जाएगा तो थोड़ा पेच ढिला लगता है। हाँ लगता है लगता है। ओ पता गल है एडे सोहने मशूक ना लड़ीदा नहीं प्यार करीदा। ओए मशूक होएगा किसे और दा
मेरी ते मंगेतर है सैया। शट अप शहंशाह, कैसी कैसे बेवकूफ ते जानवर बंदे रख लेने। ओ तन ते नहीं क्या तेरी पूछन निकल आई है यार, रौला पान लगता मेरी गल सुन। ओए एदा नाम शमी है सैया नहीं। ओ यार मैनु समझ नहीं आंदा तू केड़ी मंगेतर लभदा फिरना इत्थे। ओ तेरी मंगेतर ते पिंड च होएगी, गोहे थपदी होनी है या बकरियां दा दुध चोंदी होनी। ओ किद्दा टिकटकी हो गया है। ओ यार ए सैया नहीं, सैया नहीं नहीं, ओ एदा नाम शमी है, मैं उन्हें बहुत अच्छी तरह जानना। मैं नहीं मन, बकवास ना कर। बोले तू कितों? सैया दा पता करन आया सर। सैया ते तेनू डीकदी डीकदी प्यो नू लेके शहर चली गई है। ओए बद्दी पुत्र, मेरे नाल झूठ बोलदी रही है, हुणे जाके पता कर। दूजे दिन कोई ना कोई बिच मोड़ देना है, आखिर जाना की है? दस ए पोला की शे मेरे पीछे ही पै गए, कहंदा है तू मेरी सैया है सैया। ठीक की ते कहंदा है, मैं भी कहना तू ओदी सैया है। पर मैं ओदी सैया नहीं हां। तैनू सैया बनना पवेगा। सुन शमी, उस पुतली दी डोर हुन तेरे हाथ विच है, जिन्ना मर्जी ओनू नचा। कदम कदम ते पुलिस दा पैरा है, देश पैरे चो पोला ही माल एयरपोर्ट तक पहुंचा सकता है। तू सैया बन के ओनू नचा ते रज के नचा। ठीक है, इनू कह दे बंदे दी धी बन जाए, नहीं तो मैं इनू कत्ल कर देंगा। ओए होए होए, मैं ते तेरी मोहब्बत दा इम्तिहान ले रही सां। कमाल है, इत्थे हर बंदा इम्तिहान ही ले रहा है। दस चाचा पछा कितने वे? ओ तेरी भैन नू लंदन लैन गया है। हला वेरी गुड वेरी गुड, इन गोडों की त्यों खिंच के ले आई है लाड़िए। हाँ तुसी हुण जाओ, नाले सैर करो ते नाले कम करो, वापसी च डैडी नू एयरपोर्टों लैन दे आना। 12 साल बाद वतन वापस आ रहे हैं। कितने जाने? तट्ठे खुए च लाड़े। मैं तेनु दस्तेंगी सोनिया, आ चलिए। तीर निशाने पे पिच लगा है। बड़ा मटक मटक के यूसी के घर का पता पूछ रहे थी। माँ जी अने तुसी लारा लाया है? चल नी परे हट, मैं तेरे यूसी पीछे नहीं आई हूं। तू तो बड़े ही एक्शन कर रही है कि फिल्म में काम करने आई हूं। आहो ओए अक्कल कर कुड़िए, ते भोले दी मांगे। अच्छा तू भोले दी मांगे ते होर तेरे पियो दी मांगा? बड़ी चे चे कर रही है तू। तू क्यों बोलती है दादा? बस करो, की हो गया? ए तुसी बुरा ना मनाना है दी गल्लां दा, ए मेरे घर दा खिडौना है। ठीक है तेरे घर इसे तरह की नूह होनी चाहिए, पर यह तो दस पैना तेरा छोटा जा पुत्र होता सी की ना सी ओदा यूसी ओ किथे? ओनू अंदर करा दिता है। हैं अंदर करा दिता है क्यों? माँ जी दसंगे। अच्छा माँ जी मैं हूं चलनी हूँ, किधर बाल सारे मेरी रेहड़ी नगर ली कर दे। लम्मी गल है फिर सुनावांगी, तुसी अपने दसो। बैठो बैठो, तुसी किस तरह हो? अपना पोला पैनू लभन शहर आया सी, मुड़ के वापस ही नहीं गया। किधरे तेरी नूह ने ओनू खुश ते नहीं लमका दिता? ओ ते बड़े दिन का गायब है, मैं समझी सा पिंड वापस टुर गया होना। जे पिंड जांदा ते असी इत्थे क्यों आंदे पैणा? खैर ताजी फिकर ना करो, भोला कोई बाल ते नहीं, भोला जिथे भी गया है किसी काम नाल गया है। रब खैर। ए फ्रूट की पेटी चुके ते तू पैदल टुर चल। किथे? ओ पासे तेनू सी जरूर पूछेंगे कितों आया है, ते कह देवी पिंडो फ्रूट वेचन वास्ते आया वा। पर सुन मेरा जिक्र ना करी,
पर हो क्यों जी? ओ इस लई बगैर शादी कुड़ी मुंडा इस तरह फिरदे फड़े जान ते कोड़े पेंदे ने। अच्छा आहो चल हुण छेती कर चुक चुक। कोलो की पुछदे हो? ओ है किथे वे? ओ ताडी डैडी दे बंदियां नु लेके आ रहे है। वेरी गुड, तू ना नु अटेंड कर, मैं जरा इस स्मगलिंग दे गुनाह दे बराबर खैरात वंड लवा। बाय। ले वक्त ने जेड़ी तकड़ी तेरे हद दीती है वो एक दिन टूट जानी से। मैनू पता लगा है ये सेठ हामद ते हामद बदमाश इक्को ही बंदा है। थानेदार ने तो मरले वाले की जमानत नहीं लेती, पर मैं सोचनी हाँ कि एसपी साहब नू नाल लेके मैं आप सेठ हामद दे घर जानी हाँ। पुलिस ने ते नहीं वेख्या सी? गुड। हेलो यतीम खाना। जी जी तुहानू याद है मैं पिछले साल यतीम खाने लई किन्ने दा चेक भिजवाया सी? 1 लख दा। ते हुण मैं 2 लख दा चेक भिजवा रहा। हेलो मिस्टर हामिद। हेलो एसपी साहब। हेलो मिस्टर हामिद। ए अस्सलाम जी। वालेकुम सलाम। जी अंदर पुत्र रात तेरी लंबी उम्र करे। ना मां जी ना, उम्र जिन्नी लंबी होवेगी क्यामत दे दिन रब दे कोल हिसाब भी ओना ही लम्मा देना पड़ेगा। खैर ते आओ आओ तशीलो आओ मारिए। खिदमत करिए शेख साहब। लोग कहते ने दुनिया 7 अजूबे ने, मैं कहना वा 8 ने, ते 8वां अजूबा तुसी हो। मैं तुहाडा मतलब नहीं समझिया। इस औरत दे पुत्र का एक बदमाश ना झगड़ा हो गया, ये कहंदे ने वो बदमाश तुसी हो। तुसी की कहंदे हो, ताडा की ख्याल है? मैं खुद 2 महीने इन्हां नाल बहस कीती है, पर इन्हां दी हुण तक यही जिद है कि सेठ हमद ही वो बदमाश है। कानून तो मजबूर हो गए, मैनू इत्थे आना पिया। अलहमदुलिल्लाह इस बहाने आए ते सही तुसी नाले। ये मेरी बड़ी खुश नसीबी है कि अज इस गुनकार के घर च एक मां चल के आ गई है। मैं तो इंज समझना कि काबा आप चल के आ गया है। मेरा तो हज हो गया एसपी साहब जी। दसो जे यही बदमाश है तो मैं इन हथकड़ी ला लवां? कार ना करी मां जी, जे तुसी वाकई मैं बदमाश समझते हो तो कह दियो। सबूत तो मेरे कोई नहीं, पर दिल उन्हें भी वेख के तड़किया सी, तेनों भी वेख के तड़किया है। पर तू ਤੇ ਪਿਆਰ ਨਾਲ ਮਾਂ ਕਿ ਤੇ ਛੁਰੀ ਵੀ ਮਾਰ ਦੇਵੇਂ ਤੈਨੂੰ ਮਾਫ ਕਰਕੇ ਟੁਰ ਜਾਵਾਂਗੀ। ਮਾਂ ਜੀ ਮੇਰੀ ਮਨੋ ਤੇ ਉਸ ਬਦਮਾਸ਼ ਨਾਲ ਸੁਲਾ ਕਰ ਲਓ। ਇਹ ਬਦਮਾਸ਼ ਲੋਕ ਵੈਰ ਪਹਿਚਾਨ ਤੇ ਛੱਡਦੇ ਨਹੀਂ ਹੁੰਦੇ। ਮਾਂ ਜੀ ਤੁਸੀਂ ਮੇਰੇ ਖਰਚੇ ਤੇ ਹੱਜ ਤੇ ਚਲੇ ਜਾਓ, ਜਾਂ ਮੈਂ ਤੁਹਾਨੂੰ ਪੈਸੇ ਦੇਣਾ ਹਰ ਜੁਮੇਰਾਤ ਮੌਲੂਦ ਸ਼ਰੀਫ ਕਰਵਾ ਕੇ ਤੁਸੀਂ ਆਪਣੇ ਆਪ ਨੂੰ ਸਕੂਨ ਦਿਓ। ਮਾਂ ਜੀ सिर्फ इन्ना वादा कर कि मैं जद भी इतने आवा ऐसे प्यार नाल मां कहेगा। मां जी तुसी कहो ते मैं टेप करवा के दे देना, टेप रिकॉर्डर तुसी ले जाओ। सॉरी मिस्टर हामिद, मैं तुहाडा वक्त जाया कीता। आओ मां जी। आओ मां जी, मैं तुहानू बाहर तक छड्ड आवां। नहीं नहीं पुत्र, बस अपने वादे का ख्याल रखी। याद रखी मां ते मौत दी अख बड़ी जालिम हुंदी। घोड़ा ते नहीं जे मैनू वेख के मुंह फेर लेते। अज तेरे डेरे ते पहली बार पुलिस वेखी बेटे। तो फिर की होया डैड? पुलिस का तो कम है आंदे जांदे रहंदे ने। लेकिन याद रख बेटे, जेड़ा मुजरिम अपने घर की दलील तक जुर्म का निशान छड़ेगा वक्त जिंदा रहता हक नहीं देता। डैडी मैं हामिद, मैनू मरना भी आंदा है ते जिउंदा बल भी आंदा।
ਇਹ ਸਭ ਕੁਝ ਤੂੰ ਮੇਰੇ ਕੋਲ ਸਿੱਖਿਆ ਬੇਟੇ, ਤੈਨੂੰ ਮੰਨਣਾ ਪੈਗਾ। ਬਾਪ ਦਾ ਤਜਰਬਾ ਬੇਟੇ ਕੋਲ ਵੱਧ ਹੁੰਦਾ। ਮੈਂ ਤੇਰਾ ਪੁੱਤਰ ਆ ਡੈਡੀ, ਕੋਈ ਹੱਥ ਦਾ ਬਟੇਰਾ ਤੇ ਨਹੀਂ ਜਿਹਨੂੰ ਪਸਮਾਣ ਲੱਗ ਪਿਆ। ਇੱਕ ਨਵਾਂ ਦੁਸ਼ਮਣ ਬਣਿਆ, ਉਹਦੀ ਮਾਂ ਪੁਲਿਸ ਲੈ ਕੇ ਆਈ ਸੀ, ਉਹਨਾਂ ਨੂੰ ਸੈੱਟ ਕਰਕੇ ਵਾਪਸ ਤੋਰ ਦਿੱਤਾ। ਦੁਸ਼ਮਣ ਨੂੰ ਇੰਨੀ ਦੇਰ ਉਹਦਾ ਦਿਲ ਲੱਗ ਪਿਆ, ਹਮਦ ਲੱਗਦਾ ਤੇਰੇ ਬੁਰ। ਮੇਰਾ ਪਿਓ ਹੋ ਕੇ ਦੁਸ਼ਮਣਾਂ ਤੋਂ ਖੌਫ ਖਾਣਾ, ਇੰਜ ਲੱਗਦਾ ਹੈ ਤੂੰ ਮੇਰਾ ਪਿਓ ਹੀ ਨਹੀਂ। ਮੈਂ ਤੇਰਾ ਪਿਓ ਹਾਂ, ਸਕਾ ਪਿਓ ਹਾਂ ਹਮਦ। ਜੇ ਸਿਰਫ ਤੇਰੇ ਕਹਿਣ ਨਾਲ ਮੰਨ ਲਵਾਂ ਤੇ ਫਿਰ ਮੈਨੂੰ ਯੂਸੀ ਦੀ ਮਾਂ ਨੂੰ ਵੀ ਮਾਂ ਮੰਨ ਲੈਣਾ ਚਾਹੀਦਾ। ਇਸ ਲਈ ਕਿ ਉਹ ਜਦੋਂ ਵੀ ਮੈਨੂੰ ਬਿੱਟ ਬਿੱਟ ਵੇਖਦੀ ਏ ਤੇ ਇਹੀ ਕਹਿੰਦੀ ਏ ਕਿ ਤੂੰ ਮੈਨੂੰ ਮੇਰਾ ਪੁੱਤਰ ਲੱਗਣਾ। ਉਹ ਬੜੀ ਚਲਾਕ ਆ ਉੱਥੇ, ਉਹਨੂੰ ਤੇਰੇ ਪੁੱਤਰ ਨੂੰ ਫੌਰਨ ਗੋਲੀ ਮਾਰ ਦੇ। ਯੂਸੀ ਮੇਰਾ ਦੁਸ਼ਮਣ ਏ ਤੇ ਉਸ ਵੇਲੇ ਹਵਾਲਾਤ ਚ, ਜੇ ਤੂੰ ਇੰਨਾ ਹੀ ਖੌਫਜ਼ਦਾ ਹੈ ਤੇ ਫਿਰ ਜਾ ਟਿਕਟ ਕਟਾ, ਲੰਡਨ ਵਾਪਸ ਤੁਰ ਜਾ ਲਾੜਿਆ, ਤੇਰਾ ਇਹਦੀ ਕੰਮ ਏ। ਤੀਰ ਕਮਾਨ ਚ ਨਿਕਲ ਕੇ ਸਿੱਧੇ ਤੇਰੀ ਇੱਕੀ ਚ ਵੱਜੇ ਸ਼ੌਕਤ ਤੇ ਫਿਰ ਕੀ ਕਰੇਗਾ? ਇਹਨਾਂ ਦੋਵਾਂ ਨੂੰ ਮੁਕਾ ਦੇ। ਇਹਨਾਂ ਦੋਵਾਂ ਨੂੰ ਮੁਕਾਉਣ ਦਾ ਇੱਕੋ ਹੀ ਤਰੀਕਾ ਹੈ, ਇਹਨਾਂ ਦੋਵਾਂ ਨੂੰ ਆਪਣੇ ਸਾਹਮਣੇ ਲੈ ਆ। ਯੈਸ ਬੌਸ। ਗ੍ਰਿੰਗੋ ਨੂੰ ਕਹੋ ਯੂਸੀ ਦੀ ਜ਼ਮਾਨਤ ਕਰਾ ਕੇ ਉਹਨੂੰ ਸਾਡੇ ਕੋਲ ਲੈ ਆਵੇ। ਅਸੀਂ ਇੱਥੇ ਨਹੀਂ, ਜਾਨ ਹੋਟਲ ਦੇ ਕਮਰਾ ਨੰਬਰ 10 ਵਿੱਚ ਉਹਦਾ ਇੰਤਜ਼ਾਰ ਕਰ ਰਿਹਾ ਵਾਂ। ਓਕੇ ਬੌਸ। ਪਹਿਲੇ ਤੇਰੀ ਜ਼ਮਾਨਤ ਹੋ ਗਈ। ਮੱਲੇਦਾਰਾਂ ਦੀ ਜ਼ਮਾਨਤ ਮਨਜ਼ੂਰ ਨਹੀਂ ਸੀ ਹੋਈ, ਹੁਣ ਮੇਰੀ ਜ਼ਮਾਨਤ ਕਿਹਨੇ ਦਿੱਤੀ? ਤੇਰੀ ਜ਼ਮਾਨਤ ਇਸ ਸ਼ਹਿਰ ਦੇ ਤਾਂ ਸ਼ਰੀਫ ਆਦਮੀ ਨੇ ਕਰਵਾਈ। ਮਾਂ ਬਿਸਮਿਲਲਾ। ਮੇਰਾ ਪੁੱਤਰ ਤੈਨੂੰ ਕਾਨੂੰਨ ਨੇ ਛੱਡ ਦਿੱਤਾ। ਕਾਨੂੰਨ ਨੇ ਤਾਂ ਮੈਨੂੰ ਛੱਡ ਦਿੱਤਾ ਮਾਂ, ਪਰ ਮੈਂ ਆਪਣੇ ਦੁਸ਼ਮਣਾਂ ਨੂੰ ਨਹੀਂ ਛੱਡਾਂਗਾ। ਪਹਿਲੇ ਆਪਣੇ ਸਜਣਾਂ ਤੇ ਮਿਲ ਲੈ, ਇਹ ਵੀ ਸਾਡੇ ਵਾਂਗੂ ਇਕੱਲੇ ਰਹਿ ਗਏ ਨੇ। ਮੋਏ ਹੋਏ ਪਿਓ ਦਾ ਫੱਟ ਫਿਰ ਤਾਜ਼ਾ ਕਰ ਦਿੱਤਾ ਜੀ ਚਾਚਾ। ਪੁੱਤਰਾ, ਮੈਂ ਤੈਨੂੰ ਹਾਲੇ ਤੱਕ ਯਾਦ ਆ। ਚਾਚੀ ਦੇ ਪਤੀ ਜੀ ਨੇ ਮੈਨੂੰ ਕਿਉਂ ਨਹੀਂ ਪਹਿਚਾਣਿਆ? ਮਾਂ ਜੀ, ਇਹ ਕੌਣ ਹੈ? ਵੇ ਮਾਂ ਸਦਕੇ, ਇਹੋ ਤੇ ਭੋਲੇ ਦੀ ਮੰਗੇਤਰ ਹੈ। ਅੱਛਾ, ਤੇ ਤੂੰ ਮੇਰੀ ਹੋਣ ਵਾਲੀ ਭਾਬੀ ਹੈ? ਜਿਸ ਦਿਨ ਦਾ ਤੂੰ ਜੇਲ੍ਹ ਗਿਆ ਹੈ, ਭੋਲਾ ਉਸ ਦਿਨ ਦਾ ਗਾਇਬ ਹੈ। ਤੂੰ ਫਿਕਰ ਨਾ ਕਰ ਮਾਂ, ਸਹੀਆਂ ਹੁਣ ਮੇਰੀ ਵੀ ਭਾਬੀ ਹੈ, ਇਹਦੇ ਸਵਾਗ ਨੂੰ ਲੱਭਣਾ ਮੇਰਾ ਕੰਮ ਹੈ। ਤੇਰਾ ਕੀ ਭਰੋਸਾ, ਬੂਹੇ ਚੋਂ ਬਾਹਰ ਜਾਣ ਨਹੀਂ ਭੁੱਲ ਜਾਏ? ਰੱਬ ਨਾ ਕਰੇ ਕੋਈ ਪੈੜਾ ਵਕਤ ਆ ਜਾਏ ਤੇ ਮੈਂ ਤੈਥੋਂ ਦੂਰ ਹੋਵਾਂ। ਉੱਚੀ ਆਵਾਜ਼ ਮਾਰਦਾ ਹੀ ਮੈਂ ਸੱਤਵੇਂ ਆਸਮਾਨ ਤੇ ਵੀ ਹੋਇਆ ਤੇ ਆ ਕੇ ਤੇਰੇ ਸਿਰ ਤੇ ਛਾਂ ਕਰ ਦਿਆਂਗਾ। ਹੁਣ ਜੇ ਲੋ ਆਇਆ ਤੇ ਫਿਰ ਟੁਰ ਪਿਆ। ਮੈਨੂੰ ਡਰ ਹੈ ਕਿਧਰੇ ਕੋਈ ਨਵਾਂ ਚਾਨਣਾ ਚੜਾ ਦੇ। ਮੈਂ ਆਪਣੇ ਪਿਓ ਦਾ ਇੰਤਕਾਮ ਲੈਣ ਤੋਂ ਬਾਅਦ ਉਸ ਦੇ ਅਹਿਸਾਨ ਦਾ ਸ਼ੁਕਰੀਆ ਅਦਾ ਕਰਨ ਜ਼ਰੂਰ ਆਵਾਂਗਾ। ਮੈਂ ਵੀ ਤਾਂ ਤੁਹਾਨੂੰ ਇਹੋ ਹੀ ਕਹਿਣ ਆਇਆ ਸਾਂ, ਅਗਰ ਖੁਦਾ ਖਾਸਤਾ ਤੁਹਾਡੇ ਤੋਂ ਕੋਈ ਮੁਸੀਬਤ ਬਣ ਜਾਏ ਤੇ ਜਾਨ ਹੋਟਲ ਦੇ ਕਮਰਾ ਨੰਬਰ 10 ਚ ਆ ਜਾਣਾ। ਕਾਨੂੰਨ ਦੀਆਂ ਕੰਧਾਂ ਉਸ ਤੋਂ ਬਹੁਤ ਦੂਰ ਨੇ। ਕਾਨੂੰਨ ਦੀ ਫਿਕਰ ਨਹੀਂ, ਪਰੇਸ਼ਾਨੀ ਸਿਰਫ ਇਸ ਗੱਲ ਦੀ ਹੈ ਕਿ ਇੱਕ ਪਾਸੇ ਬਦਮਾਸ਼ ਹਮਦ ਹੈ, ਦੂਜੇ ਪਾਸੇ ਸੇਠ ਹਮਦ। ਸਮਝ ਨਹੀਂ ਆ ਰਹੀ ਇਹਨਾਂ ਦੋਵਾਂ ਚ ਮੇਰਾ ਦੁਸ਼ਮਣ ਕੌਣ ਹੈ। ਓਏ ਭੋਲਿਆ, ਸੇਠ ਹਮਦ ਤੇ ਬਦਮਾਸ਼ ਹਮਦ ਇੱਕੋ ਬੰਦੇ ਦਾ ਨਾਂ ਹੈ। ਇੱਕ ਖਰਾਬ ਦੇ ਕੇ ਬੇਵਕੂਫ ਬਣਾਉਂਦਾ ਹੈ, ਦੂਜਾ ਬਦਮਾਸ਼ ਬਣ ਕੇ ਬਾਦਸ਼ਾਹ ਹੀ ਕਰਦਾ। ਮੈਨੂੰ ਪਹਿਲੇ ਸ਼ੱਕ ਸੀ। ਤੂੰ ਹੋਟਲ ਪਹੁੰਚ, ਮੇਰੇ ਉੱਥੇ ਪਹੁੰਚਣ ਤੋਂ ਪਹਿਲੇ ਪਹਿਲੇ ਤੈਨੂੰ ਉਸ ਬਦਮਾਸ਼ ਦੀ ਖਬਰ ਪਹੁੰਚ।
जनिया ए जिन तेरे मल्ले दे शरीफा नू चंबड़िया के नहीं पहला दुख ते सिर्फ मां दी सिर तो चद्दर लथंदा होया सी ते दूजा दुख इन्हां सारियां नू वेख के होया ते तीजा दुख इस गल दा होया कि तू शराफत दा नकाब अपने चेहरे ते पाके सारे मुआशरे नू गंदा कर दिता है एक पासे हस्पतालां नू जिंदे देना है ते दूजे पासे सारे च बीमारियां फैलाना है एक पासे यतीम खाने खुलाना है ते दूजे पासे लखां नू यतीम करना है एक पासे मुल्क दा दोस्त बनना है ते दूजे पासे मुल्क दा दुश्मन ते मुल्क दे दुश्मन नू मैं माफ नहीं करांगा ओ ना करी माफ लड़न वालियां गल्लां कर नसीहतां क्यों पिया करना है आगे बढ़ बह जा मेरे गल गल तेरे मैं इत्थे पवांगा ते जान तेरी मैं उन्ना शरीफा दे सामने कटांगा जिन्ना दियां औलादां नू तू खराब कीता है होटल का कमरा नंबर 10 है तो मैं वही है जिदी तुसी जमानत कराएंगे यूसी हाँ यूसी पर ऐसे ले मेरे पीछे पुलिस लगी हुई है खोल दे दरवाजा तेन यकीन आ जाए कि कानून ने इस कान तो बहुत दूर रहने खोल दे दरवाजा कतल हो गया हो जाएगा शिकार ने जो मोहलत मिले तो शिकारी को दूर हो जाता है शिकार दूर हो जाए तो उन काबू करना बहुत मुश्किल हो जाता है ये शिकार तेरा नहीं मेरा है की देख रहे हैं की सोच रहे हैं सोच ये रहा कि मैं एटा खुश नसीब किस तरह बन गया जिस मंजिल की तलाश 12 साल ठोकरा खा दिया ने आज जो मंजिल मौसम के रूप च मेरे सामने अखलोती मैं तेरा मतलब नहीं समझे समझ ते आज तक मैंने भी नहीं आई सेठ फैक्ट्री च मजदूर दो गए सन ते लाश एक दी वापस आई सी जवाब दे फेट मेरा भरा तेरे अगे नस्ता नस्ता किसे खोज डिखा सी या तेरा पिछा करता करता साढ़े को कंट फोड़ गया सी मोए होए पियो ते पिछड़े होए वीर दा हिसाब शुरू होने लग गया सेठा मरण तो पहले पहले जिंदगी का आखिरी सच बोलते हुए और दस साल मेरा पीर कितने तेन गलतफहमी हो गई सी ओए हाथ चुकिया ते तेरी सारी गलतफहमी भी दूर हो जाएगी सेठा ते तेरी याद
उस फैक्ट्री विच भी ले जाएगी जिथे कदी किसे सिर च सरिया मचिया सी। सरिया भी महफूज है ते जिस सिर ते वजना है मैं उन्होंने भी पछाण चुकिया। होटल जाना है कदी यूसी दी मां नू देख के कमन लग पैना है कदी इत्थे आना है कदी लंदन जाना है तू जाना की है ओ तू वाकई मेरा प्यो है या मैनू भी स्मगल करके ले आया से क्यों जी गल कर रहे बेटे तुझे चंगी तरह जानना है आज तो 15 साल पहले मैं गोली दाड़ रहा से बड़ी खौफनाक गल है मेरा पोल खुल जाएगा पोल खुल जाएगा ओए लाड़िया इस टोल दा पोल कौन खोलेगा नाले वो केड़ा राज है जिदे खुलाता तेनु इन्ना खौफ है बड़ा पैरा ते खतरनाक राज है मैनू भी ते दसो केड़ा राज है आखिर मैं तेरा पुत्र हाँ बेटे दरअसल तेरे दुश्मन जूसी जी मैं वेख लेता है वेख लेता है फिर की होया तू उस वेले नंगा से जे पसीने पसीने हो गया है बेटी उन्हें कत्ल करना चाहता है हो जा कत्ल घबराना क्यों है मैनु ते इंज लगदा है जिवे तू मेरे कोलों कुछ लुका रहा है मां कोलों भी तू कमना है पुत्र तो भी तू डरना है तेरा उन्हां नाल चक्कर की है जरा साफ साफ ते दस चक्कर कोई नहीं बेटे तू तो यूसी दी मां दा सिर नंगा कीता सी ओदे बदले जो मन कत्ल करना चाहता है इम्पॉसिबल कदी हाथ नाल किसी ने आसमान भी खिंचया बोल तेरे इस पुत्र दे हो जा तू एक ही यकीन कर लिया है कि कोई तेरा सिर ला भी सकता है बोल 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 नहीं बोल जा लाड़िया पसीना पहुंच वुजू कर मुसल्ले ते बै नफला पढ़ दुआवा मंग ए शहर दा हर यूसी भी तेरा दुश्मन बन के आ जावे ते मैं हर यूसी नु खत्म कर देंगा मार देंगा ओए टिंग खाओ इस तेरे दे सारे बुए खोल दे मैं देखांगा शेर दिए इस जू इच केड़ा गिद्दड़ आंदा है बेटे गलती ना करी मुड़ के ना बोली अप्पा नहीं तो मैं ये समझांगा कि तू मेरा प्यो ही नहीं टिंग खाओ यस बॉस इस तेरे दा हर दरवाजा खोल दे और यूसी दी इस नवी जुरत दे बदले मैं ओदी मां नू अगे ला के ले आणा खोल दे बुए सरीना तू है अच्छा किस्सा सीना मेरे हर दुख का जिम्मेदार है बेगैरत ही वीरा इन्हें मेरे नाल तो बिना शादी की थी बकाया सारे कहानी आदे को पूछने वीरा वीरा ओए ते मन्ने है शहर वाले हो कि असी पेंडू भोले होने पर तुहानू ए भूल की ने पा दी है कि असी भोले बेगैरत भी होने अभी ती भैनां दे सिर नंगे वेखिए ते कज देने ਤੁਸੀਂ ਸਾਡੀ ਭੈਣਾਂ ਦੇ ਕੱਚੇ ਹੋਏ ਸਰ ਨੰਗੇ ਕਰਕੇ ਵੀ ਸ਼ਰੀਰ ਕੁਹਾਂਦੇ ਹੋ ਹੋਏ ਜੇ ਹੋਈ ਸ਼ਰਾਫਤ ਹੈ ਤੇ ਐਸੀ ਦੀ ਤਰਦੀ ਹੈ ਸ਼ਰਾਫਤ ਦੀ
जबान आप ही खिंचते जिद मैं यार आख्या मेरी भैन कबूल किया। अज मैं तेन योजी बात मांगा कि कोई बगैरत किसी भोले की गैरत नहीं छेड़ेगा। भोले तू मेरी भैन की जिंदगी तबाह करने की जरूरत क्यों की? बस तेरी कोई भैन नहीं, कोई मां नहीं। मेरा भी सब कुछ सी भोले, मेरा भी सब कुछ सी। जुल्म तेरे ते भी होया ते मेरे ते भी होया, ओए तैनू ते तेरी भैन उजड़ के मिल गई है। पर मैं अपनी भैन नू लभता लभता इस दलदल च इहो जिहा फसिया कि सारी जिंदगी नहीं सा निकल सकता। अज तेरियां गल्लां सुन के मेरा सुता है जमीर जाग पिया भोले, मेरा सुता है जमीर जाग पिया। खुदा दा वास्ता ही अपनी भैन ते मेरी बीवी नू लैके तो चला जा यार, मैं तेरा मुजरिम हां। जे मैं जिउंदा रहा ते अपनी सजा पाने लई तेरे कोल जरूर आवांगा भोले, मैं जरूर आवांगा। तैनू लैके तो निकल जा, तैनू तेरी मां दा वास्ता ही निकल जा। टिंडखा इहनू मेरी मोई मां कोल ही बचा लेना बॉस। मैं मजबूर सा। ओए होए होए, मैं ते तेरी मोहब्बत दा ध्यान ले रही सा। बोले पुत्र, खैर ते चुप क्यों है? ऐथे भी सही हां, ओथे भी सही हां, असल केड़ी है? ओथे भी सही हां ते फिर ओ मेरी विछड़ी दी पानू है। छेती दस पुत्र ओ किथे? ओ बड़ी खतरनाक था ते चाचा, ओथे यूसी ते मैं पुलिस लेके जावां। यूसी ते आप पुलिस दा मफरूर हो गए, खबरें किथे जा बैठे? मेरी भैन दा ख्याल रखी मां जी, मैं यूसी नू भी लेके आवांगा ते चाचा मैं शमी नू भी लेके आवांगा। ओथे ना जाई वीरा, ओ तैनू मार देंगी। यूसी परा वास्ते जान भी जांदी ते जाए परवाह नहीं। तेरा रब राखा पुत्र। मेरा ख्याल है भैणा सानू आप पुलिस नू इतला करनी चाहिए। पुलिस नो ही नहीं, इस लाड़ी दे पुत्र नू भी इतला करनी चाहिए। अच्छा, एक जी दो लाड़ी है, ओथे दी लाड़ी है इथे दी लाड़ी। मैं भी कवां बोला पौंदर क्यों गया सी? मां ए ओ जालम है जिन्हें मैनू कैद विच रखिया सी। तू कैद वेखी किथे वे लाड़िए? तुहाडी असल कैद ते हुण शुरू होनी है। वे चला जा इत्थों बदमाशा। और उच्ची बोल 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 ते उच्ची उच्ची आवाज विच बुला अपने उस लाड़े नू जिन्हों लपण लई मैं जेल गया, कचहरी गया, थाने गया। पर हां दस दे सही किथे लुका लुतेई अपने उस लक्के कबूतर ने? वे मैं कहनी हां आई ही दफा हो जाए तू। दफा दे खैर मैं हो ही जावांगा, पर आज तैनू मैं इन्ना बेइज्जत ते बर्बाद करांगा ते ना कोई मां यूसी जम्मेगी ते ना कोई यूसी तैनू मां कवेगा। जे तेरी बेगैरती इस हद तक पहुंच गई है ते फिर मेरे वाले हाथ बधा के देख। रब दी सौ मल्ले दा बच्चा बच्चा मैनू मां कवेगा। मार जांगा बच्चे बच्चे नू जिन्हें तैनू मां किया। अगे लग अगे ते फिर दस दे एनू किन्नी कु बारी मां कवा? पागल हो गई है, तू मां कवेंगी? तू वे मैं ही नहीं एनू तू ही मां कवेगा बदमाशा। अपने पालतू कुत्तियां दे पटे खोल दे, वे अज नूरी खड़ा करन लगी हो। लाड़ी दिलेर चक्कू भी रख दिए।
ਸਾਰਿਆਂ ਨੂੰ ਅੱਗੇ ਲਾ ਕੇ ਲੈ ਚੱਲ। ਓਕੇ ਬੌਸ। ਮੇਰੀ ਮੁਜਰਿਮ ਸ਼ੰਮੀ ਦੀ ਭੈਣ ਸਈਆਂ ਸ਼ੰਮੀ ਤੇ ਸਈਆਂ ਦਾ ਪਿਓ ਫੱਜਾ ਯੂਸੀਸੀਡੀ ਬੇਬੇ ਨੂੰ ਇਸ ਲਈ ਧੱਕਾ ਨਹੀਂ ਦਿੱਤਾ ਕਿ ਇਹਦੀ ਉਮਰ ਦੀ ਆਖਰੀ ਰੀਲ ਚੱਲ ਰਹੀ ਹੈ ਤੇ ਮੈਂ ਚਾਹੁੰਦਾ ਵਾਂ ਯੂਸੀ ਦੇ ਮਰਨ ਤੱਕ ਇਹ ਜ਼ਿੰਦਾ ਰਹੇ। ਸਿਰ ਨੀਵਾਂ ਕਰ ਲਈ ਲਾੜੀਏ ਮੈਂ ਤੇਰੇ ਸਿਰ ਚ ਤੇਲ ਤੇ ਨਹੀਂ ਚੱਸਣ ਲੱਗਾ ਅੱਗੇ ਵੱਧ ਕੇ ਮੇਰੇ ਪਿਓ ਦੇ ਪੈਰ ਫੜ ਲੈ। ਮੈਂ ਤੈਨੂੰ ਵੇਖ ਕੇ ਦਿਲ ਮੇਰਾ ਧੜਕੇ ਤੇ ਪਿਓ ਇਸ ਬਿਗੈਰਤ ਨੂੰ ਕਵੇਂ ਇਸ ਤੋਂ ਵੱਡੀ ਗੱਲ ਮੈਨੂੰ ਕੋਈ ਨਹੀਂ ਕੱਢ ਸਕਦਾ। ਬੁੱਢੀਏ ਚੁੱਪ ਵੇ, ਹੁਣ ਤੂੰ ਇੱਥੇ ਹੀ ਖਲੋ ਕੇ ਤਮਾਸ਼ਾ ਵੇਖ। ਮੇਰੇ ਚਿਹਰੇ ਦੇ ਸਵਾਲ ਤੇ ਤੂੰ ਪਾੜੀ ਲੈ ਆਉਣੇ ਨੇ ਸੇਠ। ਯੂਸੀ ਦੇ ਆਣ ਤੋਂ ਪਹਿਲੇ ਪਹਿਲੇ ਦੱਸ ਦੇ ਜੇ ਉਹ ਇੱਥੇ ਪਹੁੰਚ ਗਿਆ ਤੇ ਤੈਨੂੰ ਮੇਰੇ ਜ਼ੁਲਫੀ ਤੇ ਆਪਣੇ ਹਮਦ ਦੀ ਪਛਾਣ ਕਰਾਉਣ ਦੇ ਮੌਲਤ ਨਹੀਂ ਉਹ ਮਿਲ ਸਕਦੀ। ਦੱਸ ਵੇ ਮੇਰੇ ਜ਼ੁਲਫੀ ਨੂੰ ਹਮਦ ਬਣਾ ਕੇ ਇਹਦੇ ਕੋਲ ਮਾਂ ਦੀ ਪਛਾਣ ਕਿਵੇਂ ਕੋਈ ਹੂੰ? ਤੇ ਲੱਗ ਗਿਆ ਥੇ ਵੀ ਦਸਵੇਂ ਜ਼ਾਲਮਾ ਮੇਰੀ ਤੇ ਕਿੱਥੇ? ਆ ਯੂ ਸ਼ਟ ਅਪ ਯੂ ਆਰ ਅ ਸ਼ਟ ਅਪ ਸ਼ਮੀ ਸ਼ਮੀ ਦਾ ਅਸਲ ਨਾ ਮੇਰੇ ਪਿਓ ਕੋਲ ਪੁੱਛ ਸੇਠ। ਹਮਦ ਬੇਟੇ ਇਹ ਕੀ ਬਕਵਾਸ ਹੈ? ਇਹ ਬਕਵਾਸ ਨਹੀਂ, ਤੇਰਾ ਕੀ ਕਾਗ ਆ ਰਿਹਾ ਸੇਠ? ਤੂੰ ਮੋਇਆ ਤੇ ਹਾਮਿਦ ਨੂੰ ਵੀ ਸਿਰ ਸਰਿਆ ਖਾ ਕੇ ਮਰਨ ਵਾਲਾ ਪਿਓ ਯਾਦ ਆ ਜਾਏਗਾ। ਇੱਕਦਮ ਪੁਸ਼ਲ ਤੇ ਖਲੋ ਗਈ ਹੈ। ਸੁੱਟ ਦੇ ਪਿਸਤੌਲ ਲਾੜੀਏ, ਸੁੱਟ ਦੇ। ਸ਼ਮੀ ਮੈਨੂੰ ਮਰ ਜਾਂਦੀ ਪਰ ਇਸ ਸਲੀਮ ਨੂੰ ਜ਼ਰੂਰ ਮਾਰ। ਨਹੀਂ ਸਈਆ, ਨਹੀਂ, ਮੇਰਾ ਇਮਾਨ ਹੈ ਸੁਣਦੀ ਇਸ ਕੰਨ ਨੂੰ ਧੱਕਾ ਦੇਣ ਵਾਲੇ ਜ਼ਰੂਰ ਆਣਗੇ। ਇਹ ਹਾਲੇ ਵੀ ਵੇਲਾ ਹੀ ਬੇਈਮਾਨਾ, ਆਪਣੇ ਮਾਂ ਪਿਓ ਦੀ ਪਛਾਣ ਕਰ ਲੈ। ਮੈਨੂੰ ਰੱਬ ਦੀ ਸਹੁੰ, ਤੂੰ ਮੇਰਾ ਪੁੱਤਰ ਹੈ। ਮੈਂ ਕੋਈ ਤੇਲ ਹਾਂ, ਪੈਟਰੋਲ ਹਾਂ ਜਿਹੜਾ ਹਰ ਘਰ ਮੁੱਲ ਚੋਂ ਨਿਕਲ ਆਉਂਦਾ ਹੈ। ਮੈਂ ਇਨਸਾਨ ਹਾਂ ਮਾਈ ਇਨਸਾਨ, ਤੇ ਕੋਈ ਮਾਂ ਵਿੱਚੋਂ ਤੇ ਕੋਈ ਪਿਓ ਵਿੱਚੋਂ ਜੰਮ ਸਕਣਾ ਉਹ ਪਿਓ ਤੇਰੇ ਸਾਹਮਣੇ ਖਲੋਤਾ ਹੀ। ਇਹ ਮੈਂ ਡਰਨੀ ਹਾਂ ਕਿਧਰੇ ਇਹ ਨਾ ਹੋਵੇ ਤੂੰ ਪਛਾਣਨ ਤੇ ਆਵੇ ਤੇ ਮੇਰਾ ਯੂਸੀ ਮੇਰੀ ਗੱਲ ਨਾ ਮੰਨੇ। ਯੂਸੀ 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 ਕਵੇਂ ਤੇ ਲਾਊਡ ਸਪੀਕ ਮੰਗਵਾ ਦਿਆ, ਬੁਲਾ ਸਕਨੀ ਹੈ ਤੇ ਬੁਲਾ ਆਪਣੇ ਪੁੱਤਰ ਨੂੰ। ਤੂੰ ਆਪਣੇ ਪੁੱਤਰ ਨੂੰ ਬੁਲਾ, ਤੂੰ ਭੋਲੇ ਨੂੰ ਬੁਲਾ, ਫਰਿਆਦ ਕਰ, ਵੈਨ ਪਾ, ਚੀਕਾਂ ਮਾਰ। ਵੈਨ ਕਿਉਂ ਬੈਠੇ? ਇਹਨਾਂ ਨੂੰ ਕਹੋ ਮੁਜਰਾ ਕਰ, ਇੱਕ ਦੀ ਇੱਜ਼ਤ ਹੈ ਦੂਜੇ ਦੀ ਗੈਰਤ ਹੈ, ਨੱਚੇਗੀ ਆਪੇ ਕਤਲਗਾਹ ਚ ਪਹੁੰਚ ਜਾਣਗੇ। ਆ ਗਈ ਸਮਝ ਚ ਗੱਲ? ਇਹ ਜ਼ੁਲਮ ਨਾ ਕਰੀ ਪੁੱਤਰਾ, ਜੇ ਨੱਚ ਪਈ ਤੇ ਗੱਲ ਮੇਰੇ ਵਸ ਨਹੀਂ ਰਹਿਣੀ। ਹਾਂ ਫੇਰ ਤੇ ਨੱਚੇਗੀ, ਹਰ ਕੀਮਤ ਤੇ ਨੱਚੇਗੀ, ਜ਼ਰੂਰ ਨੱਚੇਗੀ। ਬਾਕੀ ਸਭ ਨੂੰ ਬੰਨ ਦਿਓ ਤੇ ਇਹਦੇ ਲਈ ਜ਼ਰਾ ਮੈਦਾਨ ਖੁੱਲਾ ਕਰ ਦਿਓ, ਇਹ ਨੱਚੇਗੀ। ਚੱਲ ਪਰੇ ਹਟ, ਮੈਂ ਨਹੀਂ ਨੱਚਾਂਗੀ। ਤੈਨੂੰ ਨੱਚਣਾ ਹੀ ਪਏਗਾ, ਤੂੰ ਤੇ ਨੱਚੇਗੀ, ਤੇਰੇ ਪਿਓ ਨੂੰ ਵੀ ਨੱਚਣਾ ਪਏਗਾ, ਤੂੰ ਨੱਚੇਗੀ। ਮੈਂ ਨਹੀਂ ਨੱਚਾਂਗੀ। ਨਹੀਂ ਨੱਚੇਗੀ? ਠੀਕ ਹੈ ਨਾ ਨੱਚ, ਇਹਦੀ ਭੈਣ ਤੇ ਪਿਓ ਨੂੰ ਗੋਲੀ ਮਾਰ ਦਿਓ।
ਲੜਿਆ ਆਣਾ ਹੀ ਚਾਹੀਦਾ ਸੀ ਪਰ ਇੱਥੇ ਤੇਰੇ ਟੱਬਰ ਦੀ ਮੰਡੀ ਲੱਗ ਗਈ ਮੁਜਰੇ ਹੋ ਗਏ ਤੂੰ ਇੰਨੀ ਦੇਰ ਨਾਲ ਪਹੁੰਚਿਆ ਕੀ ਗੱਲ ਸੀ ਰਸਤੇ ਵਿੱਚ ਰੱਬ ਨਾ ਕਰੇ ਐਕਸੀਡੈਂਟ ਹੋ ਗਿਆ ਸੀ ਪੁਲਿਸਿਆਂ ਨੇ ਰਸਤਾ ਰੋਕ ਲਿਆ ਸੀ ਜਾਂ ਡੱਟੂਆਂ ਨੇ ਤੇਰਾ ਰਾਹ ਡੱਕ ਲਿਆ ਸੀ ਕੀ ਗੱਲ ਸੀ ਖੈਰ ਸੀ ਬਹੁਤੀਆਂ ਗੱਲਾਂ ਨਾ ਕਰ ਬਦਮਾਸ਼ਾ ਤੂੰ ਮੇਰੇ ਘਰ ਤੋਂ ਲੈ ਕੇ ਇੱਥੋਂ ਤੱਕ ਜਿੰਨੇ ਕਦਮ ਮੇਰੀ ਮਾਂ ਨੂੰ ਟੋਲ ਕੇ ਲਿਆ ਮੈਂ ਉਹਨੇ ਹੀ ਚੱਕ ਕੇ ਤੇਰੇ ਕਰਾਂਗਾ ਉਸ ਤੋਂ ਬਾਅਦ ਆਪਣੇ ਪਿਓ ਦੇ ਕਾਤਲ ਕੋਲੋਂ ਬਦਲਾ ਖਿਲੇ ਲੈਣਾ ਇਹ ਤਾਂ ਮੇਰੇ ਪਿਓ ਦੇ ਕਾਤਲ ਨੂੰ ਚੰਗੀ ਤਰ੍ਹਾਂ ਪਤਾ ਹੈ ਆਪਣੇ ਆਪਣੇ ਔਜ਼ਾਰੇ ਦੇ ਸਾਹਮਣੇ ਸੁੱਟ ਦਿਓ ਕਵੇ ਤੇ ਇੱਕ ਅੱਧ ਬੰਮ ਵੀ ਮੰਗਵਾ ਦਿਆਂ ਔਜ਼ਾਰ ਤੇ ਅੱਜ ਉਹੋ ਹੀ ਇਸਤੇਮਾਲ ਹੋਵੇਗਾ ਜਿਹਦੇ ਤੇ ਮੇਰੇ ਪਿਓ ਦੇ ਖੂਨ ਦਾ ਨਿਸ਼ਾਨ ਲੱਗਾ ਹੋਇਆ ਹੈ ਤੇ ਚੱਲੇਗਾ ਵੀ ਇਸ ਤਰ੍ਹਾਂ ਜਿਸ ਤਰ੍ਹਾਂ ਤੋਂ ਚੱਲਦੀ ਹੈ ਨਹੀਂ ਯੂਸੀ ਤੈਨੂੰ ਮੇਰੀ ਸੋਈ ਹੋਰ ਨਾ ਮਾਰੀ ਇਹ ਤੇਰਾ ਵਿਛੜਿਆ ਅਪਰਾਧ ਜ਼ੁਲਫੀ ਹੈ ਮਾਂ ਹੁਣ ਤੂੰ ਇੱਕ ਪਾਸੇ ਹੋ ਕੇ ਤਮਾਸ਼ਾ ਵੇਖ ਤੇਰੀ ਕੱਲੀ ਜਾਨ ਇੱਕੋ ਹੀ ਵਾਰ ਚ ਨਿਕਲ ਜਾਏਗੀ ਨਹੀਂ ਤਾਂ ਰੱਬ ਦੀ ਸਾਂ ਤੇਰੇ ਸਿਰ ਤੇ ਮੇਰਾ ਸਰੀਆ ਕਿਆਮਤ ਤੱਕ ਘੁੰਮਣਾ ਸੀ ਓਏ ਮੈਨੂੰ ਬਚਾਓ ਓਏ ਮੈਨੂੰ ਬਚਾਓ ਓਏ ਮੈਨੂੰ ਬਚਾਓ
अज मैं अपने प्यो का पुत्र बनिया वा ते मांगा देन लग पिया लाड़िया। लगता वास्ता मैं माफ कर दियो। सरिया बजेगा ते तैनू साडा प्यो याद आएगा, पुत्र याद आएंगे, तैनू एदी बेबे भी याद आएगी। अपने जुल्म किनोए साडे जख्म भी किनोए, मानो असी पुत्र हलाल देया, मानो पुत्र तू बचदा है। ना सानू मरन दी परवाह, ना सानू मरन दी परवाह। मां वे परियां जिद्दां करदा सैं तैनू अगे ला के लै जागा। अज दस तेरे अगे लग के कित्थे जाना। गल कर बई, मैनू माफ कर दे मां, मैनू माफ कर दे। वे इन्ने साल दूर रहण दी माफी मांग रहे, अज इन्नी जोर दी मां को ते इन्नी वारी को सारे सालां दी जुदाई भुल जावे। मां अच्छा जो मेरी लोड़ नहीं रही तो मैं फिर कोई कत्ल करके तेरे को दूर टूट जाना। बेईमाना, मैनू मारती रही हर वेले। हुण मैनू इन्हां धमकियां दी कोई परवाह नहीं। सपने दी टोर जदों चलदी ए नूरी, सपने दी टोर जदों